राग फेरा बाणी गुरु गुरु है बाणी विच बाणी अमृत सारे गुरबाणी कहे सेवक जन माने प्रतख गुरु निस्तारे तन तन सतगुरु श्री गुरु ग्रंथ साहिब जी दी पवित्र अमृतमई बाणी ब्रह्म दा ज्ञान है अते ए बाणी सानू अकथ कथा राही प्रभु मिलाप दा रस्ता समझा रही है। भाई साहब भाई सेवा सिंह जी तरमाला गुरबाणी उपदेश नू सरल अर्थां विच संगतां दे समझन गोचरा करवा रहे हन तां जो ए मनुखी जीवन दा मनोरथ मिल जगदीश मिलन की बरिया चिरंकाल एह दे संजरिया अते भई प्राप्त मानुख दे होरिया गोबिंद मिलन की एहो तेरी बरिया पूरा हो सके। गुरु साहिबान ने अपने बहुत वड्डी कृपा दृष्टि की थी जीवां ते जिहड़े के कलयुग समय दे विच सानू सतगुर श्री गुरु ग्रंथ साहिब जी की बाणी मार्गदर्शन करने वास्ते सदीवी दे गए हैं। जिन्हां संतां ने अकाल पुरख नूं मिले हुक्म विच चले मिलन तो बाद उन्हां नूं सच नालों विछण लगे फिर मिलाव कर लगे जो रस्ते विच रुकावटां आईयां फिर उन्हां ने किस तरह दूर कीतियां वो आपां नूं अपनी भाषा दे विच दर्शा गए हैं।
ਤਾਂ ਕਿ ਸਾਨੂੰ ਆਪਣੇ ਤਨ ਦੀ ਖੋਜ ਨਾ ਕਰਨੀ ਪਏ, ਸਾਨੂੰ ਆਸੇ ਪਾਸੇ ਭਟਕਣਾ ਨਾ ਪਏ। ਸਿੱਧਾ ਹੀ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ, ਜੋ ਸੰਤਾਂ ਦੇ ਨਾਲ ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਹਾਜ਼ਰ ਨਾਜ਼ਰ ਹਨ, ਵੀ ਜਦੋਂ ਵੀ ਸਾਨੂੰ ਲੋੜ ਪਏ ਅਸੀਂ ਇਹਨਾਂ ਤੋਂ ਪੁੱਛ ਲਈਏ। ਫਿਰ ਦੂਸਰਾ, ਸਤਿਗੁਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਹੋਰ ਵੀ ਸਾਡੇ 'ਤੇ ਕਿਰਪਾ ਦ੍ਰਿਸ਼ਟੀ ਕੀਤੀ, ਸਾਨੂੰ ਸੰਤੋਂ ਸਿਪਾਹੀ ਬਣਾਇਆ, ਉਸ ਖੇਲ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ, ਜਿਸ ਖੇਲ ਦੇ ਵਿੱਚ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਵਿੱਚ ਫਰਮਾ ਗਏ ਹਨ, ਦਿਨ ਸਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ। ਕਿਸ ਤਰ੍ਹਾਂ ਜਾਗਤ ਅਵਸਥਾ ਵਿੱਚ ਇਹ ਖੇਲ ਖੇਲਣਾ ਹੈ, ਕਿਸ ਤਰ੍ਹਾਂ ਸਾਨੂੰ ਕਾਲ ਸੁਪਨ ਵਿੱਚ ਲਿਜਾ ਕੇ ਖਿਡਾਉਂਦਾ ਹੈ, ਕਿਸ ਤਰ੍ਹਾਂ ਇਹ ਸਰੀਰ ਤੋਂ ਸਾਡੇ ਸੁੱਖ ਨੂੰ ਵੱਖ ਕਰ ਦਿੰਦਾ ਹੈ, ਉਸ ਸਾਡੇ ਜੋ ਇਹ ਖੇਲ ਖੇਲਿਆ ਜਾ ਰਿਹਾ ਹੈ ਉਸ ਖੇਲ ਨੂੰ ਜਿੱਤਣ ਵਾਸਤੇ, ਉਸ ਚੀਜ਼ ਨੂੰ ਜੋ ਰੁਕਾਵਟੇ ਦੂਰ ਕਰਨ ਵਾਸਤੇ, ਜਿਸ ਇੱਕ ਸਿਪਾਹੀ ਦੀ ਡਿਊਟੀ ਹੁੰਦੀ ਹੈ, ਇਸ ਉਹਨਾਂ ਸੰਤ ਡਿਊਟੀ ਲਾ ਦਿੱਤੀ ਹੈ ਕਿ ਅੰਤਰਗਤ ਕਾਲ ਦੇ ਦੂਤਾਂ ਤੋਂ ਕਿਸ ਤਰ੍ਹਾਂ ਉਹਨਾਂ ਨਾਲ ਲੜ ਕੇ, ਕਿਸ ਤਰ੍ਹਾਂ ਉਹਨਾਂ ਨਾਲ ਯੁੱਧ ਕਰਕੇ ਉਹਨਾਂ 'ਤੇ ਫਤਿਹ ਪਾ ਕੇ ਆਪਦੇ ਨਿੱਜ ਘਰ ਜਾਣਾ ਹੈ, ਆਪਦੇ ਸਰੂਪ ਜਿਸ ਵਿੱਚੋਂ ਅਸੀਂ ਆਕਾਰ ਵਿੱਚ ਪ੍ਰਗਟ ਹੋਏ ਹਾਂ ਉਸ ਸੱਚ ਨੂੰ ਮਿਲਣਾ ਹੈ। ਜਿਸ ਤਰ੍ਹਾਂ ਦੁਨਿਆਵੀ ਤੌਰ 'ਤੇ ਸਾਨੂੰ ਉਹਨਾਂ ਨੇ ਸਿਪਾਹੀ ਦੇ ਕਕਾਰ ਬਣਾ ਦਿੱਤੇ, ਇਸੇ ਤਰ੍ਹਾਂ ਸ਼ਬਦ ਦੇ ਕੇ ਸਾਨੂੰ ਅੰਤਰਗਤ ਲੜਨਾ ਸਿਖਾ ਦਿੱਤਾ ਹੈ ਕਿ ਤੁਸੀਂ ਇਸ ਅੰਤਰਗਤ ਦੀ ਲੜਾਈ 'ਤੇ ਫਤਿਹ ਕਾ ਪਾ ਕੇ ਆਪਦੇ ਸਰੂਪ ਵਿੱਚ ਚਲੇ ਜਾਓ, ਆਪਦੇ ਨਿੱਜ ਘਰ ਬੈਠੋ, ਦਰਗਾਹ ਵਿੱਚ ਆਉਣਾ ਜਾਣਾ ਬਣਾ ਲਓ। ਸੋ ਆਪਾਂ ਜੋ ਉਹ ਕਰਤਾ ਪੁਰਖ ਦਾ ਸਰੀਰ ਹੈ, ਜੋ ਸਤਿਪੁਰਖ ਹੈ, ਜੋ ਕਾਲ ਪੁਰਖ ਹੈ, ਉਹਦਾ ਆਪਾਂ ਨੂੰ ਭੇਦ ਬੜਾ ਖੋਲ੍ਹ ਕੇ ਦੇ ਗਏ ਨੇ। ਫਿਰ ਉਸ ਕਰਤਾ ਪੁਰਖ, ਸਤਿਪੁਰਖ ਅਤੇ ਕਾਲ ਪੁਰਖ ਦੀ ਦੇਹ ਦੇ ਵਿੱਚ ਜੋ ਕੁਝ ਹੈ, ਸੁਖ ਰੂਪ ਅਕਾਲ ਪੁਰਖ ਦੀ ਜੋ ਦੇਹ ਹੈ, ਜੋ ਸਤਿਪੁਰਖ ਦੇਹ ਹੈ ਜਿਸ ਵਿੱਚ ਆਪਾਂ ਬੈਠੇ ਹਾਂ, ਜੋ ਅਖਾਲੀ ਖਲਾਕ ਹੈ, ਜੋ ਸੁਖਮ ਹੈ, ਇਸ ਨੂੰ ਕਿਹਾ ਗਿਆ ਗੁਰਬਾਣੀ ਵਿੱਚ, ਇਸ ਵਿੱਚ ਪੌਣ ਪਾਣੀ ਬਸੰਤਰ ਦਾ ਸੁਖਮ ਆਕਾਰ ਹੈ, ਜੋ ਨਿਰੰਕਾਰ ਦੀ ਦੇਹ ਦੇ ਉੱਪਰ ਸਰੀਰ ਦਾ ਕੱਪੜਾ ਬਣਾਇਆ ਗਿਆ। ਇਸ ਸੁਖਮ ਰੂਪ ਨੂੰ ਹੀ ਜਿਹੜਾ ਹੈ ਕਾਲ ਪੁਰਖ ਦੀ ਦੇਹ ਕਿਹਾ ਗਿਆ ਹੈ, ਕਰਤਾ ਪੁਰਖ ਇਸ ਸੁਖਮ ਰੂਪ ਨੂੰ ਕਿਹਾ ਗਿਆ ਹੈ ਕਿਉਂਕਿ ਇਸ ਉੱਪਰ ਸੁਖਮ ਆਕਾਰ ਹੈ ਔਰ ਇਸ ਤੋਂ ਉਹ ਵੱਖ ਵੀ ਹੈ। ਫਿਰ ਇਸ ਸੂਖਮ ਰੂਪ ਵਿੱਚ ਜੋ ਉਹਦੇ ਸਰੀਰ ਵਿੱਚ ਮੌਜੂਦ ਹੈ ਉਹ ਹੈ ਹੀ ਸਾਰਾ ਕੁਝ ਇਸ ਸਾਡੇ ਸਰੀਰ ਵਿੱਚ ਮੌਜੂਦ ਹੈ। ਸੂਖਮ ਤੋਂ ਅਸਥੂਲ ਪ੍ਰਗਟ ਕਰ ਦਿੱਤਾ ਹੈ ਅਤੇ ਨਾਲ ਫਿਰ ਦੱਸਦਾ ਹੈ ਗੁਰਬਾਣੀ ਵਿੱਚ, ਇਹ ਜੋ ਸਤਿਪੁਰਖ ਹੈ ਇਹ ਸਾਡੇ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਸਤਿਪੁਰਖ ਸਭ ਮੈਂ ਰਿਹਾ ਸਮਾਨੀ, ਇਸ ਸਤਿਪੁਰਖ ਦੀ ਜਾਣਕਾਰੀ, ਨਿਰੰਕਾਰ ਦੀ ਜਾਣਕਾਰੀ, ਇਸ ਸਾਡੇ ਸਰੂਪ ਦੀ ਜਾਣਕਾਰੀ ਵੀ ਇਸ ਸਾਡੇ ਅੰਦਰ ਕਿਵੇਂ ਖੇਡ ਖੇਡਿਆ ਜਾ ਰਿਹਾ, ਕੌਣ ਖੇਡ ਖੇਡ ਰਿਹਾ ਹੈ, ਇਹ ਸਾਨੂੰ ਗੁਰਬਾਣੀ ਦੁਆਰਾ ਭਗਤਾਂ ਨੇ, ਗੁਰੂ ਸਾਹਿਬਾਂ ਨੇ ਹੱਛੀ ਤੇਰਾ ਸਮਝਾ ਦਿੱਤਾ ਹੈ। ਜਿਸ ਤਰ੍ਹਾਂ ਆਪਾਂ ਗਰਾਊਂਡ ਵਿੱਚ ਖੇਡਣਾ ਹੈ, ਜਿਸ ਗਰਾਊਂਡ ਵਿੱਚ ਖੇਡਣਾ ਹੈ ਉਸ ਗਰਾਊਂਡ ਦਾ ਸਾਨੂੰ ਅੱਛੀ ਤਰ੍ਹਾਂ ਭੇਟ ਆਉਣਾ ਚਾਹੀਦਾ ਹੈ। ਫਿਰ ਜਿਹੜੀ ਅਸੀਂ ਗੇਮ ਖੇਡਣੀ ਹੈ ਉਸ ਗੇਮ ਦੇ ਨਿਯਮਾਂ ਦਾ ਪਤਾ ਹੋਣਾ ਚਾਹੀਦਾ ਹੈ। ਫਿਰ ਜਿਹੜੇ ਖਿਡਾਰੀਆਂ ਨੇ ਖੇਡਣਾ ਹੈ ਉਹਨਾਂ ਖਿਡਾਰੀਆਂ ਨੂੰ ਸਨਮੁੱਖ ਹੋ ਕੇ ਭੇਟ ਆ ਜਾਏ ਵੀ ਕਿਹੜੇ ਸਾਡੇ ਨਾਲ ਖੇਡ ਰਹੇ ਹਨ। ਇਹ ਸਾਰਾ ਕੁਝ ਜੋ ਹੈ ਇਸ ਖੇਲਣ ਤੋਂ ਪਹਿਲਾਂ ਸਾਨੂੰ ਵਾਕਫਿਤ ਕਰਾਈ ਗਈ ਹੈ
कि इस तुहाडे शरीर दे विच जिहड़ी इह ग्राउंड बनाई गई है इस दे विच किहड़ा किहड़ा परिवार खेड रहा है उस नूं वाकफ कराई गई है उन्हां दीआं ड्यूटियां दस दित्तियां गईआं ने फिर इह खेल शुरू हुंदा है फिर किवें खेड खेलिया जा रहा है इस खेल नूं किवें जितना है यह सारा कुछ जो है खेल की बारे समझाने तो बाद फिर खेल शुरू किया गया है। वो फिर जिन्ना गुरमुखों ने खेल जितया है जितया किन्ना ने है जिन्हों आप कृपा दृष्टि मालक ने की थी उन्हें सब तेरी तो सबने त्याया जिसनों कृपा करे ते नाम रतन पाया गुरमुख लादा मन मुख गवाया इन्हें उन्होंने जितया है जिन्हों उन्होंने नाम का खजाना दिता है। क्यों आखिर सानू यह समझा दिता ने खेल तुहाडा उत्थे जाके जितोगे जदों नाम विच समा जाओगे। फिर नाल दस दिता अविनाशी का निरंकार का मिलाप ता ही होवेगा जे सब दे समा के आपका जीवन मरण खंडन कर लोगे खेल जित जाओगे तो फिर अविनाशी ना मिलाप होगा। जो गुरबाणी च फरमाया है हर जन हर नाम समाने दुख जन्म मरण पव खंडा है अविनाशी पुरख पाया परमेश्वर बसो खंड ब्रह्मंडा है। इस करके हुण आपां इस खेल की जानकारी दे रहे हैं साडे शरीर के संबंध में साडे शरीर की जानकारी तन की दे रहे हैं साडा जो इस शरीर के परिवार वास्ते निरंकार का उसकी जानकारी दे रहे हैं। आओ आपां जिन्ना चिर आपां नहीं सी पता उन्हां चिर तां आपां भुलेखे विच रहे हुण गुरु साहिबान ने आपां मार्गदर्शन श्री गुरु ग्रंथ साहिब जी की बाणी साडे सामने प्रगट कर दिती है ताकि कोई भुलेखे विच ना रह जाए किसी ने कोई तकलीफ ना होवे खेल जितने विच ताकि वह खेल नूं चंगी तरह समझ के खेल नूं जित सकन। जिन्हां नूं जना दिता उन्हां आपदा तेज जिन्हां नूं समझा दिता है खेल उन्होंने उसके गुण गाए ने उन्होंने मुखारबंद आप सुने आप उन्होंने दसे रस्ते चले हैं तो आप भी सह सुभा ही सिमन करके सुख प्राप्त किया है नाम समा के निरंकार मिलाप किया है। ये उन्होंने गुरमुखा जिन्हें मिलाप किया है उन्होंने बाणी श्री गुरु ग्रंथ साहब जी की है। आओ आप इस संबंध में जदों आप नहीं सी पे तो आप पुछते हाँ गुरबाणी गुरु तो वह सानू दस रहे हैं साधो ये तन मिथ्या जानो जां पेतर जो राम पस्त है साचो तय पहचानो उन्होंने दस दिता है कि तुहाडे शरीर विच राम वसदा है सच दी तुसी अंश हो ते असी ना जानते हुए एक दूसरे नू ना समझे हुए द्वैत खड़ी कर ले ते आप दे जीवन दे रो आप दे जीवन दा खेल आप दी मर्जी ना जो खेलना शुरू किया उन्दे खेल दे विच असी सच तो दूर चले गए उसके सरगुण नू पहचान ना सके ते की होया जिस सरगुण दे विच वो वस रहा है उसने वैर विरोध करना शुरू कर दिता जिस करके सच तो दूर चले गए तो कई जूनों च भड़कते फिरे। आओ गुरबाणी दस रहे ने द्वारा उन्हें बैर विरोध काम क्रोध मोह चूड़ बकार महान लोह विद्रोह यह जुगत बिहानी कई जन्म असि इस विधि नूं अपनाया आपकी मर्जी नाल के खेल खेलिया तो सच तो दूर हो गए उन्दे सरगुण रूप ना पछाणदे हैं उसने वैर विरोध खड़ा कर लिया तो हुण जदों कलयुग दे विच गुरु नानक दे घर ने साडा मार्गदर्शन कर दिता है तो फिर सानू बाणी जदों पढ़दे हाँ बाणी सुणदे हाँ तो फिर की सोचते हाँ जप तप संजम धर्म ना कमाया सेवा साधना जानिया हराया कहो नानक हम नीच करमा शरण परे की राखो शर्मा। फिर शर्म महसूस कर रहे हैं तो असी तो जो सानू मार्गदर्शन कर रहे हैं असी तो ना किसी संत की ना साधु की कोई संगत नहीं की गुरमुखा की असी कोई जप तप नहीं किया जरा सा जन्म है विथे गुआ रहे हैं।
फिर जब शब्द विच आ जाते हैं तो वह फिर आप दस रहे ने इस खेल दी बारों समझा रहे ने पे आत्मा दे इस आकार विच आउन तो पहला निरंकार दे नाल परमात्मा की बचन होए ने जो अपन गुरबाणी विच दस रहे ने हुण इह अपन नूं फरमा रहे ने गुरबाणी दे विच ते किस तरह साडी आत्मा जदों सच नाल विछड़न लगी है की विचार होए ने आपस विच फिर इह साडे शरीर विच भेजिया गया उस नूं तां उस वक्त इस शरीर दे नाल होर किहड़ा किहड़ा परिवार इस दे विच भेजिया गया आत्मा दे नाल इसे तरह फिर अंतर्गत किस तरह संजोग अस्थूलता ते कायदा कीता है किस तरह फिर अंदर दे वसा माता दे गर्भ दे ट्रेनिंग दिती गई है किस तरह फिर जदों प्रकाश साडा है लिव टुटी है तो इन्हां जो साडे अंदर परिवार ने जिन्हें ड्यूटी लाई से उन्हें खेल शुरू किया है इस खेल खेलदियां किवें असीं फिर जिथों साडी लिव टुटी है जिस नाम नाल विछड़ के त्रै गुणा विच आए हाँ किस तरह फिर असीं नाम विच समा के निरंकार नूं मिलना है जिस सचखंड विचों आपां दरगाह दे विचों परलोक विचों इस आकार विच आए हाँ किस तरह असीं वापस दरगाह विच आउणा जाणा बनाउणा है किस तरह असीं सचखंड विच वासा करना है ये सानू अपना मार्गदर्शन करदे हां गुरु साहिब दी बाणी नूं गुरु खिताब दिता गया है जदों असीं इस दा कह मन्नांगे मन उस दे दसे हुए रस्ते ते चलेगा सानू उस निरंकार दे सन्मुख खड़ा कर देंगे फुरवारे ने बाणी गुरु गुरु है बाणी विच बाणी अमृत सारे गुरबाणी कहे सेवक जन माने प्रतख गुरु निस्तारे तो जदों बाणी गुरु ने मन में सन्मुख खड़ा कर दिता किस चीज़ ते खड़ा कर दे फिर दस रहे ने इतने सहज अवस्था विच सहज अदृष्ट पहचानिए निरभाव जोत निरंकार सहज विच जाके जो साडे विच त्रै गुणा का कोड दीपाल है जो परम का परदा है उसनों पासे कर देंदे ने सन्मुख खड़ा करके निरंकार दे फिर मन में समझा रहे ने मन तो जोत स्वरूप है अपना मूल पछाण इतने जाके जिस सच नालों साडा मन विछड़िया है उसने इतने मिलाप करा दिता है। आओ हुण आपां शुरू तो जो आपां दर्शाया गया गुरबाणी विच किस अकाल पुरख साडी आत्मा नूं समझा रहे ने फरमा रहे ने आत्मा नूं भी असीं खेल एक रचिया है उस खेल विच एक खिडारी बना के तुहानूं भेजण लगे गुरबाणी दस्या गया है साडी आत्मा नूं एक खिडारी दे रूप विच भेजिया गया है जिवें खिडारी आगे ग्राउंड विच उतरदा है खेलदा है हारे जां जीते समां फिक्स हुंदा है उस बाद उन्हें ग्राउंड खाली करके वापस जाना होंदा ग्राउंड तो बाहर इसी तरह सानू खिडारी दे रूप विच दर्शाया गया है कि खेडण वास्ते आत्मा आई है शरीर दे विच मात लोक दे विच मृत लोक दे विच इसी तरह सानू दस रहे ने एक व्यापारी दे रूप विच तुहानू भेजा गया है एक प्रौणचारी दे रूप विच भेजा गया है हुण इत्थे आपां नूं खोल के समझा रहे ने आत्मा नूं दस रहे हन कि असीं इक खेल रचिया है उस खेल विच खिडारी बना के तुहानू भेजण लगे तां आत्मा ने बेनती कीती है उस खेल दे विच किस तरह खेडना है उहदे संबंध विच सानू चंगी तरह समझा दिओ तां समझा रहे ने कि जो इह खेल रचिया है संसार दा इह नाम द्वारा सब द्वारा खेल रचिया है इस तरह जदों तुसीं संसार ते जाओगे तुहाडे ते कपड़ा पहनाया जाएगा तुहानूं शरीर दिता जाएगा जदों तुहाडा प्रकाश होया कहणगे इसने जन्म ले लिया है जदों आकार रहित होके वापस आए कहणगे इह मर गया है इस मृत लोक विच तुहानूं भेजण लगियां खिडारी बना के आत्मा बेनती कीती वह किस तरह खेड खेडना है उनके संबंध में सानूं चंगी तरह समझा दिओ ते दस्या गया भी जदों तुसीं त्रै गुणा विच जाओगे खेडण वास्ते क्यों त्रै गुणा दा संसार का खेल रचिया है त्रै गुणा दे विच जदों जाओगे साडे नाल वियोग हो जाएगा संसार नाल संयोग हो जाएगा ते जदों तुसीं त्रै गुणा तो उपर उठ के निज घर आ जाओगे साडे नाल मिलाप कर लोगे उदों संसार नाल वियोग हो जाएगा साडे नाल संयोग हो जाएगा
ਇਸ ਨੂੰ ਜਦੋਂ ਤ੍ਰੈਗੁਣਾ ਜਾਓਗੇ ਇਧਰੋਂ ਵਜੋਗ ਦਾ ਹੁੰਦਾ ਵਿਛੋੜਾ ਪੈ ਜਾਏਗਾ। ਮਰਨਾ ਜੀ ਨੂੰ ਕਹਿੰਦੇ ਨੇ ਤ੍ਰੈਗੁਣਾ ਵਿੱਚ ਜੀਵਿਤ ਹੋ ਜਾਓਗੇ। ਤ੍ਰੈਗੁਣਾ ਤੋਂ ਇੱਧਰ ਆ ਜਾਓਗੇ, ਸਹਿਜ ਵਿੱਚ ਆ ਜਾਓਗੇ, ਚੌਥੇ ਪਦ ਵਿੱਚ ਆ ਜਾਓਗੇ, ਨਾਮ ਵਿੱਚ ਸਮਾਓਗੇ, ਉਧਰੋਂ ਮਰ ਜਾਓਗੇ, ਇੱਧਰ ਜੀਵਿਤ ਹੋ ਜਾਓਗੇ। ਅਤੇ ਦੱਸ ਦਿੱਤਾ ਵੀ ਤੁਸੀਂ ਇਹ ਰੋਜ਼ ਹਰ ਵਕਤ ਇਹ ਖੇਲ ਖੇਡਦੇ ਰਹਿਣਾ ਹੈ ਜੋ ਗੁਰਬਾਣੀ ਫਰਮਾਇਆ ਆਪਾਂ ਨੂੰ, ਜੀਵਤ ਮਰੇ ਮਰੇ ਫੁੰਨ ਜੀਵੇ ਐਸੇ ਸੁੰਨ ਸਮਾਇਆ, ਅੰਜਨ ਮਹਿ ਨਿਰੰਜਨ ਰਹੀਏ ਬਹੁਤ ਨਾ ਪਵ ਜਲ ਪਾਇਆ। ਉਹਨਾਂ ਨੇ ਹਰ ਵਕਤ ਤੁਸੀਂ ਖੇਲ ਖੇਡਦੇ ਰਹਿਣਾ ਹੈ, ਕਦੇ ਤ੍ਰੈਗੁਣਾ ਵਿੱਚ ਚਲਿਆ ਜਾਣਾ ਹੈ, ਕਦੇ ਚੌਥੇ ਪਾਦ ਵਿੱਚ ਆ ਜਾਣਾ ਹੈ, ਇਸ ਕਦੇ ਸਰੀਰ ਵਿੱਚ ਰਹਿੰਦੇ ਨਵਾਂ ਦਰਵਾਜ਼ਿਆਂ ਵਿੱਚ ਚਲਿਆ ਜਾਣਾ ਹੈ, ਕਦੇ ਨਵਾਂ ਤੋਂ ਉੱਪਰ ਉੱਠ ਕੇ ਦਸਵੇਂ ਵਿੱਚ ਆ ਜਾਣਾ ਹੈ। ਇਹ ਜਦੋਂ ਪੂਰਾ ਚੰਗੀ ਤਰ੍ਹਾਂ ਖੇਲ ਸਮਝਾ ਦਿੱਤਾ ਹੈ ਖੇਲਣ ਦਾ, ਵਿਛੜਨਾ ਅਤੇ ਮਿਲਾਪ ਕਰਨਾ, ਤਾਂ ਆਤਮਾ ਬੇਨਤੀ ਕੀਤੀ ਸਾਡੇ ਸਾਹਮਣੇ ਲਿਖ ਦਿਓ, ਤਾਂ ਲਿਖ ਦਿੱਤਾ ਗਿਆ ਹੈ। ਗੁਰਬਾਣੀ ਫਰਮਾਇਆ ਹੈ ਮਰਨ ਲਿਖਾਏ ਮੰਡਲ ਨੇ ਆਏ। ਜਦੋਂ ਇੱਧਰ ਦੀ ਤਿਆਰੀ ਕੀਤੀ ਆਤਮਾ ਨੇ ਫਿਰ ਬੇਨਤੀ ਕੀਤੀ ਹੈ ਉਸ ਮ੍ਰਿਤ ਲੋਕ ਦੇ ਜਿੱਥੇ ਅਸੀਂ ਖੇਡਣ ਜਾ ਰਹੇ ਹਾਂ ਉੱਥੇ ਸਾਨੂੰ ਖੁਰਾਕ ਕੀ ਮਿਲੇਗੀ। ਅਤੇ ਉੱਥੇ ਹੁਕਮ ਹੋਇਆ ਜਦੋਂ ਤੁਸੀਂ ਆ ਕੇ ਨਾਮ ਵਿੱਚ ਸਮਾ ਜਾਓਗੇ ਉਸ ਵਕਤ ਨਾਮ ਰਸ, ਹਰ ਰਸ, ਅੰਮ੍ਰਿਤ ਰਸ, ਆਤਮਕ ਰਸ ਮਿਲੇਗਾ। ਜਦੋਂ ਤੁਸੀਂ ਬ੍ਰਹਮ ਵਿੱਚ ਆਓਗੇ ਬ੍ਰਹਮ ਰਸ ਮਿਲੇਗਾ, ਇਹ ਤੁਹਾਡੀ ਖੁਰਾਕ ਹੋਵੇਗੀ। ਫਿਰ ਆਤਮਾ ਨੇ ਬੇਨਤੀ ਕੀਤੀ ਵੀ ਉਸ ਖੇਲ ਵਿੱਚ ਖੇਡਦਿਆਂ ਜੇ ਅਸੀਂ ਤੁਹਾਨੂੰ ਭੁੱਲ ਗਏ ਤਾਂ ਕਿਸ ਤਰ੍ਹਾਂ ਯਾਦ ਕਰਾਂਗੇ। ਤਾਂ ਫਿਰ ਹੁਕਮ ਹੋਇਆ ਹੈ ਜਿਹੜਾ ਤੁਹਾਡੇ 'ਤੇ ਆਕਾਰ ਦਿੱਤਾ ਜਾਏਗਾ, ਸਰੀਰ ਦਿੱਤਾ ਜਾਏਗਾ, ਉਸ ਦਾ ਜਿਹੜਾ ਮਸਤਕ ਹੋਵੇਗਾ ਉਹਦੇ ਉੱਤੇ ਹੁਕਮ ਲਿਖ ਦਿੱਤਾ ਜਾਏਗਾ। ਜਦੋਂ ਤੁਸੀਂ ਇੱਕ ਦੂਜੇ ਦੇ ਸਾਹਮਣੇ ਹੋਵੋਗੇ, ਮਸਤਕ ਲੱਗੋਗੇ, ਸਨਮੁੱਖ ਹੋਵੋਗੇ, ਤਾਂ ਇੱਕ ਦੂਸਰੇ ਦੇ ਮਸਤਕ ਤੋਂ ਇਹ ਹੁਕਮ ਪੜ੍ਹ ਲੈਣਾ, ਤੁਹਾਨੂੰ ਯਾਦ ਆ ਜਾਏਗਾ। ਸੋ ਗੁਰਬਾਣੀ ਵਿੱਚ ਦੱਸ ਦਿੱਤਾ ਹੈ ਕਿ ਸਾਡੇ ਸਾਰਿਆਂ ਦੇ ਮਸਤਕ 'ਤੇ ਉਹ ਹੁਕਮ ਲਿਖ ਦਿੱਤਾ ਗਿਆ ਹੈ ਜਿਸ ਨੂੰ ਅਸੀਂ ਭੁੱਲ ਗਏ ਹਾਂ। ਗੁਰਬਾਣੀ 'ਚ ਫਰਮਾਇਆ ਹੈ ਮਸਤਕ ਹੋਏ ਲਿਖਿਆ ਹਰ ਸਿਮਰ ਪ੍ਰਾਣੀ ਤੋਸਾ ਦਿੱਚੇ ਸੱਚ ਨਾਮ ਨਾਨਕ ਮਹਿਮਾਨੀ। ਫਿਰ ਆਪਣੇ ਬੇਨਤੀ ਕੀਤੀ ਅਗਰ ਜੇ ਅਸੀਂ ਇੰਨੇ ਹੀ ਖੇਲ ਵਿੱਚ ਰੁੱਝ ਗਏ ਮਸਤਕ ਤੋਂ ਬਿਨਾਂ ਪੜ੍ਹ ਸਕੇ ਤਾਂ ਫਿਰ ਅਸੀਂ ਕਿਵੇਂ ਯਾਦ ਕਰਾਂਗੇ। ਫਿਰ ਹੁਕਮ ਹੋਇਆ ਜਿਹਨਾਂ ਨੂੰ ਅਸੀਂ ਆਪਾਂ ਜਿਨਾ ਦਿਆਂਗੇ ਉਹਨਾਂ ਦੀ ਸੰਗਤ ਕਰਿਆ ਜਾਏ, ਜਿਹਨਾਂ ਨੂੰ ਆਪਾਂ ਸੰਤ ਕਹਿੰਦੇ ਹਾਂ, ਸਾਧੂ ਕਹਿੰਦੇ ਹਾਂ, ਗੁਰਮੁਖ ਅਤੇ ਭਗਤ ਕਹਿੰਦੇ ਹਾਂ, ਵੀ ਜਦੋਂ ਉਹਨਾਂ ਦੀ ਸੰਗਤ ਕਰੋਗੇ ਉਹ ਤੁਹਾਨੂੰ ਸਾਰਾ ਤੁਹਾਡਾ ਪਿਛੋਕੜ ਯਾਦ ਕਰਾ ਦੇਣਗੇ, ਤੁਹਾਨੂੰ ਸਾਡੇ ਨਾਲ ਮਿਲਾ ਦੇਣਗੇ। ਸੋ ਇਸ ਕਰਕੇ ਜਦੋਂ ਹੁਣ ਉਹਨਾਂ ਸੰਤਾਂ ਦੇ ਆਪਾਂ ਬਾਣੀ ਪੜ੍ਹਦੇ ਹਾਂ, ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਅਤੇ ਸੁਣਦੇ ਹਾਂ, ਉਹ ਸਾਨੂੰ ਸਾਰਾ ਜੋ ਪਿਛੋਕੜ ਭੁੱਲ ਚੁੱਕਾ ਹੈ ਉਹ ਯਾਦ ਕਰਾ ਕੇ ਇਸ ਖੇਲ ਦੀ ਪਰੋਂ ਜਾਣਕਾਰੀ ਦੇ ਕੇ ਦੱਸ ਰਹੇ ਨੇ ਕਿਸ ਤਰ੍ਹਾਂ ਖੇਲ ਖੇਲ ਕੇ ਤੁਸੀਂ ਜਿੱਤਣਾ ਹੈ ਅਤੇ ਕਿਸ ਤਰ੍ਹਾਂ ਤੁਸੀਂ ਸੱਚ ਨਾਲ ਜਿਸ ਨੂੰ ਵਿਛੜੇ ਹੋ ਉਸ ਨਾਲ ਮਿਲਣਾ ਹੈ। ਸੋ ਇਸੇ ਤਰ੍ਹਾਂ ਜਦੋਂ ਸਾਰਾ ਕੁਝ ਸਮਝਾ ਦਿੱਤਾ ਗਿਆ ਆਤਮਾ ਨੂੰ ਫਿਰ ਇਸ ਮ੍ਰਿਤ ਲੋਕ ਵਿੱਚ ਭੇਜ ਦਿੱਤਾ ਗਿਆ ਹੈ। ਕਿੱਥੇ ਭੇਜਿਆ ਹੈ, ਕਿਸ ਤਰੀਕੇ ਨਾਲ ਭੇਜਿਆ ਹੈ, ਇਹ ਹੁਣ ਗੁਰਬਾਣੀ 'ਚ ਦਰਸਾ ਰਹੇ ਨੇ। ਉਹਨੇ ਸੰਯੋਗ ਵਿਯੋਗ ਤੁਰੋਂ ਹੀ ਹੂਆ ਪੰਚ ਧਾਤ ਘਰ ਪੁਤਲਾ ਕੀਆ ਸਾਹਿ ਕੇ ਫਰਮਾਇੜੇ ਜੀ ਦੇਹੀ ਵਿੱਚ ਜੀਓ ਆਏ ਪਿਆ। ਕਿੱਥੇ ਆ ਕੇ ਪਿਆ ਹੈ, ਉਹਨੇ ਜਿੱਥੇ ਅਗਨ ਪਖੇ ਪੜਹਾਰੇ ਉਰਦਮੁਖ ਮਹਾਂਗਵਾਰੇ ਸਾਡੇ ਇਸ ਸੀਰ ਦੇ ਪੰਜ ਧਾਤ ਪੁਤਲੇ ਨੂੰ ਜਿਹਨੂੰ ਆਪਾਂ ਆਪਣੀ ਭਾਸ਼ਾ ਵਿੱਚ ਮਾਤਾ ਦਾ ਖਿਤਾਬ ਦਿੱਤਾ ਹੈ, ਉਹਨਾਂ ਦੇ ਸਰੀਰ ਵਿੱਚ ਇੱਕ ਐਸਾ ਸਥਾਨ ਹੈ ਜਿੱਥੇ ਅਗਨ ਦੇ ਭਾਂਬੜ ਮੱਚ ਰਹੇ ਨੇ, ਮਾਤਾ ਦੇ ਗਰਭ ਵਿੱਚ ਆਤਮਾ ਨੂੰ ਭੇਜ ਦਿੱਤਾ ਗਿਆ। ਇੱਥੇ ਹੁਣ ਸਾਡੇ ਸਰੀਰ ਦਾ ਦੱਸ ਦਿੱਤਾ ਗੁਰਬਾਣੀ ਵਿੱਚ ਤਿੰਨਾਂ ਲੋਕਾਂ ਨਾਲ ਸੰਬੰਧ ਹੈ। ਇੱਥੇ ਸਾਡੇ ਸਰੀਰ ਦੇ ਵਿੱਚ ਜਿੱਥੇ ਮਾਤਾ ਦੇ ਗਰਭ ਵਿੱਚ ਭੇਜ ਦਿੱਤਾ ਗਿਆ ਹੈ, ਇਸ ਸਰਗਮ ਰੂਪ ਦੇ ਵਿੱਚ ਜਿੱਥੇ ਸਾਡੇ ਪਿੰਡ ਦੀ ਹੁਣ ਰਚਨਾ ਹੋਣੀ ਹੈ, ਇਸ ਘਰ ਦੀ ਰਚਨਾ ਹੋਣੀ ਹੈ, ਇਹ ਕਿਸ ਤਰ੍ਹਾਂ ਸਰਗਮ ਨੂੰ ਤਿਆਰ ਕਰਨ ਲੱਗੇ ਨੇ, ਕਿਸ ਨਿਰੰਕਾਰ ਸਰਗਮ ਰੂਪ ਦੇ ਵਿੱਚ ਆਕਾਰ ਵਿੱਚ ਆਇਆ ਹੈ, ਇਹ ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਦੱਸ ਰਹੇ ਨੇ, ਜਿਹਨਾਂ ਨੂੰ ਤੁਸੀਂ ਰੋਜ਼ ਪੜ੍ਹਦੇ ਉਹਨਾਂ ਦੀ ਬਾਣੀ ਚੌਪੀ ਸਾਹਿਬ ਫਰਮਾ ਰਹੇ ਨੇ। ਉਹਨਾਂ ਇੱਕ ਰੂਪ ਅਨੂਪ ਸਰੂਪਾ ਅਰੰਗ ਪਇਓ ਰਾਮ ਕੀ ਰੂਪਾ ਅੰਡ ਜੇਰ ਸਿੱਧ ਕੇਨੀ
उत्पज खान बहुत रजदे ने उन्हें दस रहे ने कि निरंकार ने यह जो संसार का खेल रचा है जिन्हें आकार तैयार किए ने शरीर तैयार किए ने यह चौं विधियां द्वारा किए ने कुछ आंडिया तो पैदा कर दिते ने कोई जेर तो पैदा कर दिते ने कोई पसीने तो पैदा कर दिते ने कोई धरती दे गरमाइश तो पैदा कर दिते ने यह दस रहे भी उन्हें जुगती जी आकार बनाने के चार खानियां इस्तेमाल किया दृष्टमान उन्हें आपका सघन रूप पैदा कर दिता है यह हूँ जिस आत्मा माता के गर्भ भेजा गया है इतने माता के गर्भ आत्मा भेजन के नाल ही साडे माता पिता का संयोग बना दिता है फरमा रहे ने मात पिता संयोग अपाए अरकत बिंद मिल पिंड करे इतने माता पिता का संयोग होने के नाल उदो आत्मा नूं भेज दिता है संयोग के नाल पंज तत्व जो ने साडे माता के गर्भ में चले गए ने इतने फिर नाल ही जो आत्मा भेजी है इस दे नाल दूजा परिवार जो आकार आकाश के पताल के मैंबर ने जो माया का परिवार है वह भी इस दे नाल ही अंदर प्रवेश कर दिता है कदों किया है गुरबाणी दस रहे ने नानक जियो अवाय के लिख नावे धर्म बहालिया यह धर्म राय जिहड़ा आकाश के पताल के मैंबर का मुखी है इनू नाल ही भेज दिता है अगे जाके सारे परिवार के पर आप विचार करांगे केड़ा केड़ा परिवार अपने शरीर में प्रवेश किया है इतने हुण ज्यों ही सारा परिवार भी प्रवेश हो गया है इधरों ये गुरमुख अंदर प्रवेश हो गए ने इन गुरमुखों नूं हुक्म हुण दे दिता है ते आत्मा नूं भेजा सी एक खिडारी दे रूप में एक व्यापारी दे रूप में एक ब्रह्मचारी दे रूप में भेजा सी मात लोक ते ये वापस नहीं आ रहे ये भुल गए नहीं इस करके ऐसा प्यान खेल खेलो कि जो पै विच आके इस शरण विच आ जाए माता दे गर्भ विच यह फिर गुरमुख जड़े ने खेल खेलते ने जिन्हां दे संबंध गुरबाणी विच दस्या है फरमा रहे ने गुरमुख धरती गुरमुख पाणी गुरमुख पौन बसंतर खेले वडाणी सो नगुरा जो मर मर जमे नगुरे आउन जाउने इसे गुरमुखां ने खेल खेलना शुरू कर दिता ऐसा भयानक खेल जिस नूं आत्मा ने देखिया है चारे तरफ चौवां दिशाओं वालों एक पासों मिट्टी का गुबार चढ़िया आ रहा है पौन दा आ रहा है पानी दा आ रहा है अगन दा आ रहा है जदों आकाश का खाली वेख्या है तो जोतड़ियां करन लगे ने इन्हां तों सानू बचाओ जो बचा ते अरदास जोतड़ी कीती तो उस वक्त अकाल पुरख ने उस निरंकार ने इन्हां गुरमुखां नूं हुक्म दे दिता है कि इस नाल संयोग कर लो तो इस तरीके नाल कायण दा हंस दा माता दे घर वे संयोग हो गया है इतने फिर ज्यों ही संयोग होया है अकाल पुरख ने जो इस ब्रह्मंड विच पौन दा शब्द उसका चल रहा है पौन दे शब्द राही साडे इस नाभि दे स्थान ते संपर्क कायम कर लिया है अंदरले आपदे परिवार नाल इतने हुण फिर जदों संपर्क कायम किया है तो उस वक्त वो परिवार आत्मा शुक्रिया दा मालक दा करन लगे ने भई तुसां सानू छिड़ा लिया इन्हों तो फरमा रहे ने संयोग वजोग तुरों ही हुआ पंच तात कर पुतला किया साहे के फरमाए जी देही विच जीव आए पिया जिथे अगन पखे पढ़हारे उर्द मुख मह गवारे सास सास माले से उतों खसम छिड़ा लिया उतों मालक ने इन्हों छिड़ा लिया तो शुक्रिया श्वास श्वास उसका सिमरन कर लग गई इतने हुण आप दस रहे ने पहलों अपने इस कार की शुरुआत होने लगी है तो नाल दस दिता है इतने साडे जो शरीर है ये नक्शा इख्तियार कर लगे ने ब्रह्मण का उन्हें जो ब्रह्मंडे सोई पिंडे जो खोजे सो पावे हूँ ब्रह्मण का नक्शा तैयार कर लगे ने जो ब्रह्मंड साडे इस शरीर रूपी नक्शे भी तैयार कर रहे ने यह हूँ साडे शरीर की किस तरह शुरुआत हुई है माता के घर में फरमा रहे ने सब तो पहला अपने रीढ़ की हड्डी शुरू हुई उस नाल तीन नाड़ियां प्रगट कर दित्तियां ने सज्जे खब्बे ते सेंटर विच जिन्हां नूं बाहरलियां हदारना दे के गंगा जमुना ते सरस्वती दा नाम दिता गया है जिन्हां दे विच पानी दा वहा चलता है
ਉਹਨਾਂ ਦਾ ਸੰਗਮ ਹੈ ਆਪਸ ਵਿੱਚ। ਇਸੇ ਤਰ੍ਹਾਂ ਇੱਥੇ ਸਾਡੇ ਸੇਵ ਚ ਦਰਸਾ ਦਿੱਤਾ ਹੈ ਵੀ ਜਿਹੜਾ ਗੰਗਾ ਤੇ ਜਮੁਨਾ ਨੇ ਜਿਵੇਂ ਬਾਹਰ ਹੈ ਉਹਨਾਂ ਵਿੱਚ ਪਾਣੀ ਦਾ ਵਹਾਅ ਹੈ, ਇਹਨਾਂ ਤਿੰਨਾਂ ਦੇ ਵਿੱਚ ਪਾਉਣ ਦਾ ਵਹਾਅ ਚੱਲ ਰਿਹਾ ਹੈ। ਇੱਥੇ ਨਾਲ ਹੀ ਦੱਸ ਦਿੱਤਾ ਇਹਨਾਂ ਨੂੰ ਗੁਰਮਤਿ ਦੇ ਮੁਤਾਬਕ ਗੁਰਬਾਣੀ ਦੇ ਵਿੱਚ ਇਹਨਾਂ ਨਾਲੀਆਂ ਦੇ ਨਾਂ ਜਿਹਨਾਂ ਵਿੱਚ ਪਾਉਣ ਦਾ ਸ਼ਬਦ ਹੁਣ ਚੱਲਣ ਲੱਗਾ ਹੈ, ਪ੍ਰਵਾਹ ਚੱਲਣ ਲੱਗਾ ਹੈ, ਉਹਨਾਂ ਨੂੰ ਏੜਾ ਪਿੰਗਲਾ ਤੇ ਸੁਖਮਨ ਕਹਿ ਦਿੱਤਾ ਹੈ। ਇੱਥੇ ਹੁਣ ਸਾਨੂੰ ਦੱਸ ਰਹੇ ਨੇ ਵੀ ਸਾਡੇ ਸਰੀਰ ਵਿੱਚ ਜਿਸ ਤਰ੍ਹਾਂ ਬਾਹਰ ਬ੍ਰਹਮੰਡ ਵਿੱਚ ਅਸੀਂ ਨਦੀਆਂ ਦੇਖਦੇ ਹਾਂ, ਇਹ ਸਾਡੇ ਸਰੀਰ ਵਿੱਚ ਵੀ ਨਦੀਆਂ ਨੇ। ਬਾਹਰ ਹੁਣ ਜੋ ਅਸੀਂ ਦੇਖਦੇ ਹਾਂ ਚੰਨ ਤੇ ਸੂਰਜ, ਇਸੇ ਤਰ੍ਹਾਂ ਉਹ ਦੱਸ ਦਿੱਤਾ ਨੇ ਜਦੋਂ ਪਾਉਣ ਬਾਹਰੋਂ ਅੰਦਰ ਪ੍ਰਵੇਸ਼ ਹੁੰਦੀ ਹੈ ਠੰਡੀ ਹੁੰਦੀ ਹੈ ਇਹਨੂੰ ਚੰਦ ਕਹਿ ਦਿੱਤਾ ਨੇ, ਜਦੋਂ ਅੰਦਰੋਂ ਬਾਹਰ ਆਉਂਦੀ ਪਾਉਣ ਗਰਮ ਹੁੰਦੀ ਹੈ ਇਹਨੂੰ ਸੂਰਜ ਕਹਿ ਦਿੱਤਾ ਨੇ, ਰਾਵਸਸ ਕਹਿ ਦਿੱਤਾ ਨੇ। ਹੁਣ ਅੱਗੇ ਜਾ ਕੇ ਜਦੋਂ ਸਰੀਰ ਦੀ ਬਣਤਰ ਹੋ ਜਾਂਦੀ ਹੈ ਪੂਰ ਮੁਕੰਮਲ, ਉਦੋਂ ਫਿਰ ਜੋ ਸਾਡੇ ਜੋ ਦੋ ਨੇਤਰ ਨੇ ਇਹਨਾਂ ਗੁਰਬਾਣੀ ਵਿੱਚ ਚੰਦ ਸੂਰਜ ਕਿਹਾ ਗਿਆ ਹੈ, ਜਿਹਨਾਂ ਨੂੰ ਦੀਪਕ ਵੀ ਕਿਹਾ ਗਿਆ ਹੈ। ਹੁਣ ਇੱਥੇ ਸਾਨੂੰ ਦੱਸ ਦਿੱਤਾ ਕਿ ਤੁਹਾਡੇ ਇਸ ਸਰੀਰ ਦੇ ਅੰਦਰ ਚੰਦ ਸੂਰਜ ਵੀ ਮੌਜੂਦ ਨੇ। ਹੁਣ ਉਸ ਤੋਂ ਬਾਅਦ ਜਿਵੇਂ ਆਪਾਂ ਇਸ ਸ਼ਹਿਰ ਦੇ ਵਿੱਚ ਵੱਸਦੇ ਹਾਂ ਇੱਥੇ ਦੁਕਾਨਾਂ ਵੀ ਨੇ ਜੀਵਾਂ ਦੇ ਲੋੜ ਅਨੁਸਾਰ ਸਮਾਨ ਮਿਲਦਾ ਹੈ, ਇਸੇ ਤਰ੍ਹਾਂ ਸਾਡੇ ਅੰਦਰ ਵੀ ਹੱਥ ਲਾ ਦਿੱਤੇ ਨੇ, ਚਾਰ ਹੱਥ ਲਾ ਦਿੱਤੇ ਨੇ ਜਿੱਥੋਂ ਚਾਰ ਪਦਾਰਥ ਮਿਲਦੇ ਨੇ ਉਹਨਾਂ ਹੱਥਾਂ ਦੇ ਨਾਲ ਗੁਰਬਾਣੀ ਦੱਸਦਾ ਹੈ। ਮੋਖ ਦਾ ਹੱਥ ਹੈ ਜਿੱਥੋਂ ਨਾਮ ਪਦਾਰਥ ਮਿਲਦਾ ਹੈ, ਸਤੋਗੁਣ ਹੱਥ ਹੈ ਜਿੱਥੋਂ ਧਰਮ ਦਾ ਸੌਦਾ ਮਿਲਦਾ ਹੈ, ਰਜੋਗੁਣ ਹੱਥ ਹੈ ਜਿੱਥੋਂ ਆਪਾਂ ਪਦਾਰਥ ਮਿਲਦਾ ਹੈ ਅਰਥਚਾਰਾ, ਅੱਗੇ ਤਮੋਗੁਣ ਹੱਥ ਹੈ ਜਿੱਥੋਂ ਕਾਮ ਦਾ ਸੌਦਾ ਮਿਲਦਾ ਹੈ। ਇਹ ਸਾਡੇ ਅੰਦਰ ਚਾਰ ਹੱਥ ਲਾ ਦਿੱਤੇ ਨੇ, ਇਹਨਾਂ ਹੱਥਾਂ 'ਤੇ ਇਹ ਸੌਦੇ ਨਾਲ ਹੋਰ ਵੀ ਸਮਾਨ ਰੱਖ ਦਿੱਤਾ ਹੈ ਜਿਵੇਂ ਤਮੋਗੁਣ ਹੱਥ 'ਤੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੁਆਇ ਤੀਖਾ ਪਾਵਣਾ ਨਿੰਦਿਆ ਚੁਗਲੀ ਆਦਿ, ਰਜੋਗੁਣ 'ਤੇ ਆਸ਼ਾ ਬਲਾਸ਼ਾ ਤ੍ਰਿਸ਼ਨਾ ਰੱਖ ਦਿੱਤੀਆਂ ਨੇ। ਇਸੇ ਤਰ੍ਹਾਂ ਸੱਤੋ ਗੁਣ ਹੱਥ 'ਤੇ ਦਇਆ ਨਰਮਤਾਈ ਸਹਿਣਸ਼ੀਲਤਾ ਜਸਾ ਸੰਤੋਖ ਰੱਖ ਦਿੱਤਾ ਹੈ। ਮੋਖ ਦੇ ਹੱਥ 'ਤੇ ਨਾਮ ਪਦਾਰਥ ਹੈ, ਨਾਮ ਦੇ ਪ੍ਰਾਪਤ ਹੋਣ ਦੇ ਨਾਲ ਹੀ ਸਾਨੂੰ ਅੰਮ੍ਰਿਤ ਪ੍ਰਾਪਤ ਹੋਣਾ ਹੈ, ਨਾਮ ਦੇ ਪ੍ਰਾਪਤ ਹੋਣ ਨਾਲ ਹੀ ਜੋਤ ਦਾ ਪ੍ਰਕਾਸ਼ ਹੋਣਾ ਹੈ, ਨਾਮ ਦੇ ਪ੍ਰਗਟ ਹੋਣ ਨਾਲ ਹੀ ਅਨਹਤ ਬਾਣੀ ਪ੍ਰਗਟ ਹੋਣੀ ਹੈ, ਨਾਮ ਦੇ ਪ੍ਰਾਪਤ ਹੋਣ ਦੇ ਨਾਲ ਹੀ ਅਸੀਂ ਨਿਰੰਕਾਰ ਦੇ ਵਿੱਚ ਸਮਾਉਣਾ ਹੈ, ਪ੍ਰਕਾਸ਼ ਹੀ ਪ੍ਰਕਾਸ਼ ਜਿੱਥੇ ਹੈ। ਇਹ ਸਾਰਾ ਜੋ ਹੈ ਨਾਮ ਦੇ ਪ੍ਰਾਪਤ ਕਰਨ ਦੇ ਨਾਲ ਹੀ ਇਹ ਪ੍ਰਾਪਤ ਹੋਣਾ ਹੈ। ਇਹ ਚਾਰ ਹੱਥਾਂ 'ਤੇ ਅੰਦਰ ਸਮਾਨ ਰੱਖ ਦਿੱਤਾ ਗਿਆ ਹੈ। ਉਸ ਤੋਂ ਬਾਅਦ ਸਾਡੇ ਸਰੀਰ ਦੇ ਵਿੱਚ ਦੱਸ ਦਿੱਤਾ ਨੇ ਇੱਕ ਭਾਵ ਸਾਗਰ ਬਣਾ ਦਿੱਤਾ ਹੈ। ਭਾਵ ਸਾਗਰ ਕਿਹੜਾ ਹੈ ਗੁਰਬਾਣੀ ਦੱਸ ਦਿੱਤਾ ਨੇ। ਪਹਿਲਾਂ ਤਾਂ ਇਹ ਬਾਹਰ ਆਪਾਂ ਬ੍ਰਹਮੰਡ ਵਿੱਚ ਜੋ ਦੇਖਦੇ ਹਾਂ ਬੇਅੰਤ ਹੈ, ਉਹਨਾਂ ਦਾ ਕੋਈ ਸਿਰਾ ਨਹੀਂ, ਨਿਰੰਕਾਰ ਦੇ ਦੇਸ਼ ਦਾ, ਨਿਰੰਕਾਰ ਦਾ, ਸੱਚਖੰਡ ਦਾ ਬੇਅੰਤ ਹੈ। ਲੇਕਿਨ ਇਹ ਸਾਡੇ ਨਕਸ਼ੇ ਦੇ ਵਿੱਚ ਸਾਨੂੰ ਸਮਝਾਉਣ ਵਾਸਤੇ ਸਰੀਰ ਦੇ ਵਿੱਚ ਦੋ ਸਿਰੇ ਬਣਾ ਦਿੱਤੇ ਨੇ, ਜਿਹਨਾਂ ਦਾ ਮੁਖੀ ਉਹ ਆਪ ਹੈ, ਜਿਹਨਾਂ ਸਿਰਿਆਂ ਦੇ ਦਰਮਿਆਨ ਅਸੀਂ ਜੀਵ ਸਾਰੇ ਖੇਡ ਰਹੇ ਹਾਂ। ਉਹ ਗੁਰਬਾਣੀ ਦੱਸ ਰਹੇ ਨੇ, ਫਰਮਾ ਰਹੇ ਨੇ, ਦੋ ਸਿਰਿਆਂ ਦਾ ਆਪ ਸੁਆਮੀ ਖੇਲੇ ਮਿਕਸ ਅੰਤਰਜਾਮੀ। ਉਹ ਦੋ ਸਿਰੇ ਕਿਹੜੇ ਸਾਡੇ ਅੰਤਰਗਤ ਬਣਾ ਦਿੱਤੇ ਨੇ? ਇੱਕ ਤਾਂ ਉਹ ਸਿਰਾ ਹੈ ਜਦੋਂ ਸਾਡਾ ਮਾਤਾ ਦੇ ਗਰਭ ਤੋਂ ਪ੍ਰਕਾਸ਼ ਹੁੰਦਾ ਹੈ, ਨਾ ਉਹ ਦਰ ਬੰਦ ਹੁੰਦੇ ਨੇ, ਨਾਭ ਕਾਟ ਰਹੇ, ਨਾਭ ਦੇ ਰਸਤੇ ਸੰਪਰਕ ਸੀ ਜਿਹੜਾ ਪਾਉਣ ਦਾ, ਉਹਦਾ ਸੰਪਰਕ ਤੋੜ ਲਿਆ ਹੈ ਅਤੇ ਪਾਉਣ ਨੂੰ ਇਸ ਤਰੀਕੇ ਨਾਲ ਇੱਥੇ ਗੰਢ ਦੇ ਦਿੱਤਾ ਹੈ, ਦੇ ਦਿੱਤੀ ਇਸ ਤਰੀਕੇ ਨਾਲ ਬੰਨ ਦਿੱਤਾ ਹੈ ਕਿ ਅੰਤ ਸਮੇਂ ਜਮਾਂ ਪਾਸੋਂ ਇਹ ਗੰਢ ਜਿਹੜੀ ਹੈ ਖਿਲਾਉਂਦੇ ਨੇ। ਇਸ ਸਿਰੇ ਨੂੰ ਗੁਰਬਾਣੀ ਕਹਿ ਦਿੱਤਾ ਹੈ ਮੋਲ ਦੁਆਰੇ ਬੰਨਿਆ ਬੰਦ। ਦੂਜਾ ਸਿਰਾ ਜਦੋਂ ਸਾਡਾ ਪ੍ਰਕਾਸ਼ ਹੋ ਗਿਆ ਹੈ, ਨੌ ਦਰ ਖੁੱਲ ਗਏ ਨੇ, ਉਸ ਟਾਈਮ 'ਤੇ ਜੋ ਸਾਡੇ ਅੰਤਰਗਤ ਸੁਖਮਨ ਨਾੜੀ ਹੈ, ਦੋ ਨੇਤਰਾਂ ਦੇ ਦਰਮਿਆਨ ਜੋ ਬੰਦ ਹੋ ਜਾਂਦੀ ਹੈ, ਉਹ ਸਾਨੂੰ ਬਾਹਰ ਨਾ ਦਿਸਣ ਕਰਕੇ ਅੰਦਰ ਹੋਣ ਕਰਕੇ ਸਹਿਜ ਗੁਫਾ ਦਾ ਨਾਮ ਦੇ ਦਿੱਤਾ ਨੇ। ਫਰਮਾਉਂਦੇ ਨੇ ਸਹਿਜ ਗੁਫਾ ਮੈਂ ਆਸਣ ਬੰਨਿਆ। ਦੋ ਨੇਤਰਾਂ ਦੇ ਦਰਮਿਆਨ ਜਿੱਥੇ ਸੁਖਮ ਬੰਦ ਹੈ, ਉੱਥੋਂ ਲੈ ਕੇ ਇਹ ਧਰਮ ਤੱਕ ਜੋ ਫਾਸਲਾ ਹੈ, ਗੁਰਬਾਣੀ ਵਿੱਚ ਇਸ ਨੂੰ ਪਾਪ ਸਾਗਰ ਕਹਿ ਦਿੱਤਾ ਹੈ। ਜਿਵੇਂ ਬਾਅਦ ਸੰਸਾਰ ਦੇ ਵਿੱਚ ਸੰਸਾਰ ਸਾਗਰ ਕਿਹਾ ਹੈ, ਇਸ ਦੇ ਵਿੱਚ ਅਗਸ ਤੇ ਸੁਖ ਸਾਗਰ ਤੇ ਬਿਖ ਸਾਗਰ ਹੈ, ਇਸੇ ਤਰ੍ਹਾਂ ਹੁਣ ਸਾਡੇ ਸਰੀਰ ਦੇ ਵਿੱਚ ਪਾਪ ਸਾਗਰ ਬਣਾ ਕੇ ਇਸ ਦੇ ਬਿਖ ਸਾਗਰ ਦੱਸ ਦਿੱਤੇ ਨੇ, ਜੋ ਤਮੋ ਗੁਣੀ ਵਿਸ਼ਾਉਕਾਰਾਂ ਦੀਆਂ ਲਹਿਰਾਂ ਚੱਲਦੀਆਂ ਨੇ,
ਉਹਨਾਂ ਵਿੱਚ ਮਨ ਚਲਾ ਗਿਆ ਤੇ ਆਂਦੇ ਨੇ ਬਿਖ ਸਾਗਰ ਵਿੱਚ ਚਲਾ ਗਿਆ ਹੈ। ਜੇ ਰਜੋਗੁਣ ਜਿੱਥੇ ਤ੍ਰਿਸ਼ਨਾ ਦੀਆਂ ਲਹਿਰਾਂ ਚੱਲਦੀਆਂ ਨੇ ਇਧਰਲੇ ਵਿਚਾਰਾਂ ਵਿੱਚ ਮਨ ਚਲਾ ਗਿਆ ਆਉਂਦੇ ਨੇ ਇਹ ਅਗਨ ਸਾਗਰ ਵਿੱਚ ਚਲਾ ਗਿਆ ਹੈ। ਜਿੱਥੇ ਸਤੋਗੁਣੀ ਲਹਿਰਾਂ ਚੱਲਦੀ ਉਧਰ ਚਲਾ ਗਿਆ ਵਿਚਾਰਾਂ ਵਿੱਚ ਤੇ ਆਉਂਦੇ ਨੇ ਸੁੱਖ ਸਾਗਰ ਵਿੱਚ ਚਲਾ ਗਿਆ ਹੈ। ਇਹ ਸਾਡੇ ਤਨ ਵਿੱਚ ਸਾਗਰ ਬਣਾ ਦਿੱਤੇ ਨੇ। ਇਸ ਤੋਂ ਅੱਗੇ ਸਾਡੇ ਅੰਦਰ ਇੱਕ ਬਿਖਮ ਨਦੀ ਹੈ ਜਿਹਨੂੰ ਤ੍ਰੈਕੋਟੀ ਵੀ ਕਹਿ ਦਿੱਤੇ ਨੇ। ਇੱਕ ਤ੍ਰੈਕੋਟੀ ਤ੍ਰੈ ਗੁਣਾਂ ਦੀ ਹੈ ਜਿਸ ਨੂੰ ਪਾਰ ਕਰਕੇ ਆਪਾਂ ਚੌਥੇ ਪਦ ਵਿੱਚ ਜਾਣਾ ਹੈ। ਇਹ ਹੁਣ ਸਰੀਰ ਦੇ ਵਿੱਚ ਜੋ ਸਥੂਲ ਹੈ ਇਹਦੇ ਵਿੱਚ ਤ੍ਰੈਕੋਟੀ ਦੱਸ ਦਿੱਤੇ ਨੇ। ਇੱਕ ਬਿਖਮ ਨਦੀ ਨੂੰ ਕਹਿ ਦਿੱਤਾ ਜਿੱਥੇ ਸਾਡੇ ਪੌਣ ਦਾ ਸੰਤੁਲਨ ਵਿਗੜਿਆ ਹੋਇਆ ਹੈ। ਇੱਥੇ ਹੁਣ ਇਹਨੂੰ ਬਿਖਮ ਨਦੀ ਕਹਿ ਦਿੱਤਾ ਨੇ। ਇਹ ਉਹ ਅਸਥਾਨ ਹੈ ਬਿਖਮ ਨਦੀ ਦਾ ਜਦੋਂ ਅਸੀਂ ਮਾਤਾ ਦੇ ਗਰਭ ਵਿੱਚ ਸੀ ਇਹਨਾਂ ਤਿੰਨਾਂ ਗੰਗਾ ਅਤੇ ਜਮੁਨਾ ਸਰਸਤ ਇੱਕੋ ਜਿਹਾ ਪਾਉਂਦਾ ਵਾ ਚੱਲਦਾ ਸੀ। ਇੱਥੇ ਸੁਖਣ ਬੰਦ ਹੋ ਗਈ ਹੈ। ਇਹ ਤੇ ਈੜਾ ਪਿੰਗਲਾ ਵਿੱਚ ਪਾਉਣ ਦਾ ਵਾਹ ਘੱਟ ਵੱਧ ਗਿਆ ਹੈ। ਇਹਦਾ ਸੰਤੁਲਨ ਵਿਗੜਨ ਕਰਕੇ ਇਸ ਨੂੰ ਬਿਖਮ ਨਦੀ ਕਹਿ ਦਿੱਤਾ ਹੈ। ਇਸ ਤੋਂ ਅੱਗੇ ਹੈ ਨਿਜ ਸੁਣ, ਜਿਸ ਤਰ੍ਹਾਂ ਆਪਾਂ ਨੂੰ ਬਾਅਦ ਵਿੱਚ ਦਿਖਾ ਦਿੱਤਾ ਗੁਰੂ ਨਾਨਕ ਦੇਵ ਜਪਜੀ ਸਾਹਿਬ ਵਿੱਚ ਵੀ ਇੱਕ ਮੰਡਲ ਤੋਂ ਦੂਸਰੇ ਮੰਡਲ ਜਾ ਕੇ ਤੇਰਾ ਸਵਿਤਾ ਭਲਾ ਆਉਂਦਾ ਹੈ, ਜਿੱਥੇ ਨਿਊਟਰ ਜਾ ਕੇ ਮਨੋ ਜੀਵ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਅੰਦਰ ਨਿਜ ਸੁਣ ਦਿਖਾ ਦਿੱਤੀ ਹੈ ਜਿੱਥੇ ਤ੍ਰੈ ਗੁਣਾਂ ਦਾ ਮਨ ਨੂੰ ਕਸ਼ਿਸ਼ ਖਤਮ ਹੋ ਜਾਂਦੀ ਹੈ ਔਰ ਸਭ ਦੇ ਮੰਡਲ ਤੱਕ ਨਹੀਂ ਮੰਨ ਜਾਂਦਾ। ਦੋਹਾਂ ਦੇ ਸੈਂਟਰ ਵਿੱਚ ਜੋ ਹੈ ਉਹਨੂੰ ਤੀਰਥ ਵੀ ਕਹਿਤਾ ਹੈ, ਨਿਜ ਸੁਣ ਵੀ ਕਹਿਤਾ ਹੈ। ਉੱਥੇ ਜਦੋਂ ਮਨ ਬੈਠ ਜਾਂਦਾ ਜਾ ਕੇ, ਉਸ ਤੋਂ ਬਾਅਦ ਅੱਗੇ ਅੰਮ੍ਰਿਤਸਰ ਹੈ ਜਿੱਥੇ ਸ਼ਬਦ ਪ੍ਰਗਟ ਹੋ ਗਿਆ ਹੈ ਸੁਣ ਦੇ ਵਿੱਚ। ਉਹਨੂੰ ਅੰਮ੍ਰਿਤ ਸਰੋਵਰ ਦਾ ਨਾਂ ਦਿੱਤਾ, ਅੰਮ੍ਰਿਤਸਰ ਦਾ ਨਾਂ ਦਿੱਤਾ ਹੈ ਜਿੱਥੇ ਮਨ ਨੇ ਇਸ਼ਨਾਨ ਕਰਨਾ ਹੈ ਅਤੇ ਮਨ ਦੀ ਮੈਲ ਲੈਣੀ ਹੈ। ਜਿਹਨੂੰ ਗੁਰਬਾਣ ਦੱਸਿਆ ਮੈਲ ਕਈ ਮਨ ਨਿਰਮਲ ਹੋਆ ਅੰਮ੍ਰਿਤਸਰ ਤੀਰਥ ਨਾਏ। ਉਸ ਨੂੰ ਅੱਗੇ ਹਰੀ ਦਾ ਮੰਦਰ ਹੈ ਜਿਸ ਨੂੰ ਦਸਵਾਂ ਦੁਆਰ ਕਹਿ ਦਿੱਤਾ ਹੈ, ਜਿਸ ਨੂੰ ਸ਼ਿਵਪੁਰੀ ਕਹਿ ਦਿੱਤਾ ਹੈ, ਜਿਸ ਨੂੰ ਦਸਵਾਂ ਆਕਾਸ਼ ਕਹਿ ਦਿੱਤਾ ਹੈ, ਜਿਸ ਨੂੰ ਥਿਰਕਰ ਕਹਿ ਦਿੱਤਾ ਹੈ, ਜਿਸ ਨੂੰ ਸਹਿਜ ਗੁਫਾ ਕਹਿ ਦਿੱਤਾ ਹੈ। ਉਹ ਹੋਰ ਵੀ ਇਸ ਦੇ ਗਗਨ ਕਹਿਤਾ, ਹੋਰ ਵੀ ਕਈ ਇਸ ਦੇ ਗੁਰਬਾਣੀ ਵਿੱਚ ਨਾਂ ਰੱਖੇ ਗਏ ਹਨ। ਮੰਦਰ ਦਾ ਨਾਮ ਵੀ ਦਿੱਤਾ ਗਿਆ ਹੈ ਜਿੱਥੇ ਮਾਲਕ ਆਪ ਖੁਦ ਆਪਣੇ ਅੰਦਰ ਬੈਠਾ ਹੈ। ਇਹ ਸਾਡਾ ਸਾਰੇ ਸਰੀਰ ਦੀ ਬਣਤਰ ਦਾ ਸੀ, ਨਕਸ਼ਾ ਤਿਆਰ ਕਰਤਾ ਬ੍ਰਾਹਮਣ ਦਾ। ਹੁਣ ਇਸ ਸਰੀਰ ਨੂੰ ਤਿਆਰ ਕਰਨ ਤੋਂ ਬਾਅਦ ਗੁਰਬਾਣੀ ਦੇ ਵਿੱਚ ਇਸ ਸਰੀਰ ਨੂੰ ਇੱਕ ਘਰ ਕਿਹਾ ਗਿਆ ਹੈ, ਇੱਕ ਪਿੰਡ ਕਹਿ ਦਿੱਤਾ ਨੇ, ਸ਼ਹਿਰ ਕਹਿਤਾ ਨੇ, ਕਿਲ੍ਹਾ ਕਹਿ ਦਿੱਤਾ ਹੈ, ਦੇਸ਼ ਕਹਿ ਦਿੱਤਾ ਹੈ। ਹੁਣ ਗੁਰਬਾਣੀ ਜੋ ਸਾਨੂੰ ਦੱਸ ਰਹੀ ਹੈ, ਜੋ ਖੇਡ ਖੇਡਿਆ ਜਾ ਰਿਹਾ ਹੈ, ਉਹ ਸਾਡੇ ਅੰਦਰ ਜੋ ਪਰਿਵਾਰ ਵੱਸ ਰਿਹਾ ਹੈ, ਜੋ ਉਸਦੀਆਂ ਡਿਊਟੀਆਂ ਲੱਗੀਆਂ ਨੇ, ਕਿਸ ਉਹਨੇ ਖੇਡ ਖੇਡਣਾ ਹੈ, ਉਸ ਪਰਿਵਾਰ ਦੀ ਜਾਣਕਾਰੀ ਦੇ ਰਹੇ ਹਨ। ਅਤੇ ਜੋ ਗੁਰਬਾਣੀ ਜਦੋਂ ਤੁਸੀਂ ਪੜ੍ਹੋਗੇ, ਜਦੋਂ ਸੁਣੋਗੇ, ਉਸ ਅੰਦਰਲੇ ਪਰਿਵਾਰ ਦੀ ਗੱਲ ਕਰੇਗੀ। ਅਤੇ ਜਿਹੜਾ ਧਿਆਨ ਨਾਲ ਸੁਣੇ ਜੇ ਇਸ ਪਰਿਵਾਰ ਦੇ ਸੰਬੰਧ ਵਿੱਚ, ਤਾਂ ਕਿ ਜਦੋਂ ਬਾਣੀ ਤੁਸੀਂ ਸੁਣੋ ਤੁਹਾਡੇ ਸਮਝ ਵਿੱਚ ਆ ਜਾਏ ਕੀ ਗੁਰਬਾਣੀ ਸਾਨੂੰ ਦੱਸ ਰਹੀ, ਕਿਵੇਂ ਖੇਡ ਖੇਡਿਆ ਜਾ ਰਿਹਾ ਹੈ। ਹੁਣ ਉਹ ਜੋ ਸਾਡੇ ਇਸ ਪਿੰਡ ਦੇ ਵਿੱਚ ਇਸ ਘਰ ਦੇ ਵਿੱਚ ਪਰਿਵਾਰ ਵੱਸਦਾ ਹੈ, ਉਹ ਕਿਹੜਾ ਕਿਹੜਾ ਪਰਿਵਾਰ ਹੈ? ਇੱਕ ਪਰਿਵਾਰ ਤਾਂ ਦੱਸਿਆ ਇਸ ਪ੍ਰਿਥਵੀ ਮੰਡਲ ਦਾ, ਕਿਉਂ ਤਿੰਨਾਂ ਲੋਕਾਂ ਦਾ ਸੰਬੰਧ ਹੈ ਸਾਡੇ ਸਰੀਰ ਨਾਲ। ਇਸ ਮੰਡਲ ਦੇ ਵਿੱਚ, ਪ੍ਰਿਥਵੀ ਮੰਡਲ ਵਿੱਚ ਸਾਡਾ ਜੋ ਸਰੀਰ ਤਿਆਰ ਹੋਇਆ ਹੈ, ਇੱਥੋਂ ਦਾ ਪਰਿਵਾਰ ਹੈ ਇੱਕ। ਇੱਥੋਂ ਦਾ ਕਿਹੜਾ ਪਰਿਵਾਰ ਹੈ? ਇੱਥੇ ਜੋ ਮਨ ਹੈ ਜਿਸ ਨੇ ਸਾਰਾ ਕਰਮ ਕਰਨਾ ਹੈ, ਜਿੰਨਾ ਵੀ ਸਵਾਸਾਂ ਦਾ ਭੰਡਾਰਾ ਦਿੱਤਾ ਜਾਣਾ ਇਸ ਪਰਿਵਾਰ ਨੂੰ ਖਰਚਣ ਵਾਸਤੇ, ਉਹ ਸਾਰਾ ਮਨ ਨੇ ਖਰਚ ਕਰਨਾ ਹੈ, ਕਿਉਂਕਿ ਇਹ ਪ੍ਰਿਥਵੀ ਮੰਡਲ ਦੇ ਵਿੱਚ ਆਪਾਂ ਵਿਚਰਨੇ ਹਾਂ ਔਰ ਉਹ ਇੱਥੋਂ ਦੇ ਰਹਿਣ ਵਾਲਾ ਹੈ। ਇਸ ਕਰਕੇ ਚੰਗਾ ਜਾਂ ਮਾੜਾ ਕਰਨਾ ਹੈ ਉਹ ਮਨ ਨੇ ਹੀ ਕਰਮ ਕਰਨਾ ਹੈ। ਇਹ ਹੁਣ ਦੱਸ ਰਹੇ ਨੇ ਮਨ ਦੇ ਸੰਬੰਧ ਵਿੱਚ ਵੀ ਮਨ ਜਿਹੜਾ ਹੈ ਇਹ ਕਿੱਥੋਂ ਇਹਦਾ ਜਨਮ ਹੋਇਆ। ਗੁਰਬਾਣੀ ਦੱਸ ਰਹੇ ਨੇ ਮਨ ਦਾ ਜਨਮ ਇਹ ਸਾਡੇ ਪੰਜਾਂ ਤੱਤਾਂ ਤੋਂ ਹੋਇਆ ਹੈ। ਇੱਥੋਂ ਹੀ ਪੰਜਾਂ ਤੱਤਾਂ ਤੋਂ ਦੱਸ ਰਹੇ ਨੇ ਜਨਮ ਲੈ ਕੇ ਇਸਨੇ ਕੰਮ ਕਰਨਾ ਹੈ। ਗੁਰੂ ਨਾਨਕ ਦੇਵ ਜੀ ਫਰਮਾ ਰਹੇ ਨੇ ਇਹ ਮਨ ਕਰਮਾ, ਇਹੋ ਮਨ ਧਰਮਾ, ਇਹ ਮਨ ਪੰਚ ਤੱਤ ਜਨਮਾ, ਸਾਗਤ ਲੋਭੇ ਇਹੋ ਮਨ ਮੋੜਾ, ਗੁਰਮੁਖ ਨਾਮ ਜਪੀਏ ਮਨ ਰੂੜਾ। ਇਹ ਪੰਜਾਂ ਤੱਤਾਂ ਦਾ ਇਹਦਾ ਜਨਮ ਹੋਇਆ ਮਨ ਦਾ। ਇਹਨਾਂ ਪੰਜਾਂ ਤੱਤਾਂ ਤੋਂ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਨੇ ਪੰਜੇ ਪ੍ਰਗਟ ਹੋਏ ਨੇ, ਉਹ ਇੱਕ ਪਰਿਵਾਰ ਬਣਾਤਾ ਹੈ। ਇਹਨਾਂ ਪਰਿਵਾਰਾਂ ਦਾ ਮੁਖੀ ਮਨ ਨੂੰ ਸੌਂਪ ਦਿੱਤਾ ਵੀ ਤੂੰ ਇਹਨਾਂ ਦਾ ਮੁਖੀ ਹੋਵੇਗਾ। ਲੇਕਿਨ ਨਾਲ ਹੀ ਵੀ ਇਹ ਜਿਹੜਾ ਮਨ ਹੈ ਇਹਦੇ ਵੱਸ ਰਹਿਣ,
ਇਹਨਾਂ ਤੋਂ ਕੰਮ ਲੈ ਕੇ ਤਨ ਦੀ ਪਾਲਣਾ ਕਰਦਾ ਰਹੇ। ਇਹਦੀ ਡਿਊਟੀ ਹੈ ਵੀ ਸਰੀਰ ਨੂੰ ਕਿਸ ਤਰ੍ਹਾਂ ਇਹਨੇ ਚਲਾਉਣਾ ਹੈ ਔਰ ਕਿਸ ਤਰ੍ਹਾਂ ਇਹਦੇ ਵਿੱਚ ਖੇਲ ਖੇਲਦਿਆਂ ਹੋਇਆਂ ਮਾਲਕ ਨੂੰ ਮਿਲਣਾ ਹੈ। ਇਸੇ ਤਰ੍ਹਾਂ ਹੀ ਜੋ ਅਗਲਾ ਪਰਿਵਾਰ ਹੈ ਮਾਇਆ ਦਾ ਇਸ ਵਿੱਚ ਮਸਲਾ ਹੈ। ਦਸ ਮਾਇਆ ਮਾਈ ਤ੍ਰੈ ਗੁਣ ਪ੍ਰਸੂਤ ਜਮਾਇਆ। ਹੁਣ ਮਾਇਆ ਦਾ ਜਿਹੜਾ ਪਰਿਵਾਰ ਹੈ ਉਸਦਾ ਮੁਖੀ ਜੋ ਤ੍ਰੈ ਗੁਣ ਨੇ ਜਿਹਨਾਂ ਸੱਤੋ ਗੁਣ ਰਜੋ ਅਤੇ ਤਮੋ ਗੁਣ ਦਾ ਨਾਂ ਦਿੱਤਾ ਗਿਆ ਹੈ ਉਹਦਾ ਇਹਨਾਂ ਦਾ ਮੁਖੀ ਕਾਲ ਬਣਾਤਾ ਮਾਇਆ ਦਾ। ਗੁਰਬਾਣੀ ਨੇ ਦੱਸ ਦਿੱਤਾ ਹੈ ਤ੍ਰੈ ਗੁਣ ਕਾਲੇ ਕੀ ਸਰਕਾਰ। ਅੱਗੇ ਜੋ ਆਕਾਸ਼ ਦੇ ਪਤਾਲ ਦੇ ਮੈਂਬਰ ਨੇ ਜਿਹਨਾਂ ਵਿੱਚ ਧਰਮ ਹੈ ਚਿੱਤਰਗੁਪਤ ਅਤੇ ਦੁਸ਼ਟ ਆਤਮਾ ਨੇ ਜਿਹਨਾਂ ਜੰਮ ਕਿਹਾ ਗਿਆ ਹੈ ਇਹਨਾਂ ਦਾ ਮੁਖੀ ਜਿਹੜਾ ਧਰਮ ਰਾਏ ਬਣਾਤਾ ਹੈ। ਗੁਰਬਾਣੀ ਫਰਮਾਤਾ ਨੇ ਧਰਮ ਰਾਏ ਨੂੰ ਆਖਿਉਣ ਬੈ ਸੱਚ ਧਰਮ ਕਰੇ ਵਿਚਾਰ ਦੂਜੇ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਇਹਨੂੰ ਮੁਖੀ ਬਣਾਤਾ ਹੈ ਆਕਾਸ਼ ਦੇ ਪਤਾਲ ਦੇ ਮੈਂਬਰਾਂ ਦਾ ਇਸ ਸਾਰੇ ਪਰਿਵਾਰ ਦਾ ਇਸ ਸਾਰੇ ਪਿੰਡ ਦਾ ਮੁਖੀ ਉਹ ਆਪ ਨਿਰੰਕਾਰ ਹੈ ਜਿਸ ਨੇ ਇਹ ਪਿੰਡ ਤਿਆਗ ਕਰਵਾਇਆ ਹੈ ਜਿਸਨੇ ਇਹ ਪਰਿਵਾਰ ਉਸਾ ਕੇ ਖੇਲ ਸ਼ੁਰੂ ਕਰਾਇਆ। ਇਹ ਹੁਣ ਦੱਸ ਰਹੇ ਨੇ ਜਿਸ ਦਾ ਪਿੰਡ ਪ੍ਰਾਣ ਹੈ ਤਿਸ ਕੀ ਸਰਕਾਰ ਉਹ ਕਿਉਂ ਮਨੋ ਵਸਾਰੀਏ ਹਰ ਰੱਖੀਏ ਹਿਰਦੇ ਤਾਰ। ਹੁਣ ਆਪਾਂ ਨੂੰ ਸਮਝਾ ਦਿੱਤਾ ਨੇ ਵੀ ਇਹ ਜਿਹੜਾ ਤੁਹਾਡਾ ਪਿੰਡ ਹੈ ਇਹ ਕਿਸ ਨੇ ਤਿਆਗ ਕਰਵਾਇਆ ਹੈ ਇਹ ਖੇਲ ਕਿਸ ਨੇ ਰਚਿਆ ਹੈ। ਉਸ ਨਿਰੰਕਾਰ ਨੇ ਖੇਲ ਖੇਲਣ ਵਾਸਤੇ ਇਹ ਸਰਗੁਣ ਰੂਪ ਦਾ ਸਰੀਰ ਆਪਦਾ ਤਿਆਗ ਕਰਵਾ ਲਿਆ ਹੈ ਇਸ ਵਿੱਚ ਪਰਿਵਾਰ ਵਸਾਤਾ ਹੈ ਖੇਡਣ ਵਾਸਤੇ। ਅਤੇ ਜਦੋਂ ਆਪਾਂ ਸਾਰੇ ਹੁਣ ਸੋਚਦੇ ਹਾਂ ਵੀ ਇਹ ਤਾਂ ਸਾਰਾ ਖੇਲ ਹੀ ਉਸਦਾ ਖੇਲਿਆ ਜਾ ਰਿਹਾ ਹੈ ਸਰੀਰ ਵੀ ਉਸਨੇ ਤਿਆਰ ਕਰਵਾਇਆ ਪਰਿਵਾਰ ਵੀ ਉਸਦਾ ਵਸ ਰਿਹਾ ਹੈ ਅਤੇ ਸਾਡਾ ਇਸ ਵਿੱਚ ਕੋਈ ਕੀ ਹੈ। ਜਦੋਂ ਵਿਚਾਰ ਕਰਦੇ ਹਾਂ ਸੋਚਦੇ ਹਾਂ ਵੀ ਆਪਣਾ ਤਾਂ ਇਹਦੇ ਵਿੱਚ ਕੁਛ ਵੀ ਨਹੀਂ। ਅਤੇ ਫਿਰ ਜਦੋਂ ਬਾਣੀ ਆਪਾਂ ਅੱਗੇ ਪੜ੍ਹਦੇ ਹਾਂ ਉਹਦੇ ਵਿੱਚ ਵੀ ਇਹ ਦੱਸਿਆ ਗਿਆ ਵੀ ਤੁਹਾਡੇ ਵਿੱਚ ਕੁਛ ਵੀ ਨਹੀਂ। ਫਰਮਾਉਂਦੇ ਨੇ ਮੇਰਾ ਮੁਝਮੇ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝਕੋ ਸੌਂਪ ਕੇ ਕਿਆ ਲਾਗੇ ਮੇਰਾ। ਹੁਣ ਇਸੇ ਤਰ੍ਹਾਂ ਜਦੋਂ ਇਹ ਖੇਲ ਸਾਨੂੰ ਸਮਝਾਤਾ ਹੈ ਵੀ ਆਹ ਤੁਹਾਡਾ ਘਰ ਹੈ ਆਹ ਪਰਿਵਾਰ ਹੈ ਵਿੱਚ ਹੁਣ ਇਸ ਪਰਿਵਾਰ ਦੀਆਂ ਡਿਊਟੀਆਂ ਲਾ ਦਿੱਤੀਆਂ ਨੇ। ਇਹ ਜਿਹੜਾ ਪਰਿਵਾਰ ਹੈ ਮਨ ਦਾ ਇਹਨੂੰ ਸਪੁਰਦ ਕਰ ਦਿੱਤਾ ਕਾਲ ਦੇ ਅਤੇ ਕਾਲ ਨੂੰ ਹੁਕਮ ਦੇ ਦਿੱਤਾ ਹੈ ਵੀ ਤੂੰ ਮਨ ਨੂੰ ਖਿਡਾਉਣਾ ਹੈ ਜਿੰਨਾ ਚਿਰ ਇਸ ਸਰੀਰ ਵਿੱਚ ਰਹਿਣਾ ਹੈ ਕਿ ਤੂੰ ਮਨ ਨੂੰ ਖਿਡਾਈ ਰੱਖਣਾ ਹੈ। ਇਹਦੇ ਧਰਮ ਰਾਏ ਦੀ ਡਿਊਟੀ ਲਾ ਦਿੱਤੀ ਹੈ ਵੀ ਜਿੰਨਾ ਚਿਰ ਇਸ ਸਰੀਰ ਵਿੱਚ ਰਹਿਣਾ ਹੈ ਇਸ ਪਰਿਵਾਰ ਨੇ ਖੇਡਣਾ ਹੈ ਜਿੰਨਾ ਸਵਾਸਾਂ ਦਾ ਭੰਡਾਰਾ ਦਿੱਤਾ ਜਾਏਗਾ ਉਹਦਾ ਹਿਸਾਬ ਕਿਤਾਬ ਤੂੰ ਰੱਖਣਾ ਹੈ। ਚਿੱਤਰਗੁਪਤ ਦੀ ਡਿਊਟੀ ਲਾ ਦਿੱਤੀ ਹੈ ਅੰਦਰਲੇ ਹੱਟਾਂ 'ਤੇ ਜਿਸ ਹੱਟ 'ਤੇ ਵੀ ਮਨ ਜਾਏਗਾ ਉੱਥੇ ਕਿੰਨੇ ਸਵਾਸ ਖਰਚ ਕਰਦਾ ਹੈ ਜੇ ਸੱਤੋ ਗੁਣ 'ਤੇ ਜਾਂਦਾ ਕਿੰਨੇ ਸਵਾਸ ਖਰਚ ਕਰਦਾ ਹੈ ਉਹ ਰਿਪੋਰਟ ਧਰਮ ਰਾਏ ਦੇਣੀ ਹੈ। ਤਮੋ ਗੁਣ ਦੇ ਹੱਟ 'ਤੇ ਕਿੰਨੇ ਸਵਾਸ ਖਰਚ ਕਰਦਾ ਹੈ ਰਜੋਗੁਣ ਹੱਟ 'ਤੇ ਕਿੰਨੇ ਸਵਾਸ ਖਰਚ ਕਰਦਾ ਹੈ ਮੋਹ ਦੇ ਹੱਟ 'ਤੇ ਕਿੰਨੇ ਸਵਾਸ ਖਰਚ ਕਰਦਾ ਹੈ ਉਹ ਤੁਸੀਂ ਰਿਪੋਰਟ ਦਿੱਤੀ ਜਾਣੀ। ਅਤੇ ਇਹਨਾਂ ਜੋ ਦੁਸ਼ਟ ਆਤਮਾ ਨੇ ਜਿਹਨਾਂ ਨੂੰ ਜੰਮ ਕਿਹਾ ਗਿਆ ਹੈ ਉਹਦੇ ਡਿਊਟੀ ਲਾਤੀ ਕਿ ਤੁਸੀਂ ਹਮੇਸ਼ਾ ਮਨ ਦੇ ਨਾਲ ਰਹਿਣਾ ਕਿਉਂਕਿ ਜਿਹੜਾ ਭੰਡਾਰਾ ਸਵਾਸਾਂ ਦਾ ਇਹ ਧਰਮ ਰਾਏ ਨੂੰ ਪਤਾ ਹੈ ਮਨ ਉਸ ਤੋਂ ਬੇਖਬਰ ਹੈ। ਜਦੋਂ ਇਹ ਸਵਾਸਾਂ ਭੰਡਾਰਾ ਮੁੱਕ ਜਾਏਗਾ ਧਰਮ ਰਾਏ ਤੁਹਾਨੂੰ ਹੁਕਮ ਦੇਗਾ ਤੁਸੀਂ ਮਨ ਨੂੰ ਫੜ ਕੇ ਵਾਪਸ ਲੈ ਉਹਨੂੰ ਉਹਦੇ ਪੇਸ਼ ਕਰ ਦੇਣਾ। ਇਹ ਸਾਰਾ ਜਿਹੜਾ ਇਹਨਾਂ ਦੀਆਂ ਡਿਊਟੀਆਂ ਲੱਗ ਗਈਆਂ ਨੇ ਵੀ ਇਹਨਾਂ ਨੇ ਆਪੋ ਆਪਦਾ ਖੇਲ ਸ਼ੁਰੂ ਕਰਨਾ ਹੈ। ਡਿਊਟੀਆਂ ਲਾਉਣ ਤੋਂ ਬਾਅਦ ਮਾਤਾ ਦੇ ਗਰਭ ਵਿੱਚ ਇਸ ਪਰਿਵਾਰ ਦਾ ਕਿਸ ਤਰ੍ਹਾਂ ਇਹ ਸੱਚ ਨਾਲ ਜੁੜਿਆ ਹੁੰਦਾ ਹੈ ਮਾਤਾ ਦੇ ਗਰਭ ਵਿੱਚ ਇਹਨੂੰ ਤੱਤੀ ਵਾਹ ਕਿਉਂ ਨਹੀਂ ਲੱਗਦੀ ਮਾਤਾ ਅਗਰ ਕਿਉਂ ਨਹੀਂ ਪਾਉਂਦੀ ਇਹ ਗੁਰਬਾਣੀ ਦੱਸ ਰਹੇ ਨੇ। ਉਹਦੇ ਜਨਮ ਜਠਨ ਦੇ ਪ੍ਰਾਣੀ ਹਾਂ ਰਹਿਤਾ ਨਾਮ ਹਦਾਰ ਆਨੰਦ ਕਰੇ ਸਾਹ ਸਾਸ ਮਾਰੇ ਨਾ ਪੋਏ ਅਗਨਾਰ। ਮਾਤਾ ਦੇ ਪਿਤਾ ਮਾਤਾ ਦੇ ਗਰਭ ਦੇ ਵਿੱਚ ਇਸ ਨੂੰ ਇਸ ਕਰਕੇ ਨਹੀਂ ਤੱਤੀ ਵਾਲ ਲੱਗਦੀ ਕਿਉਂਕਿ ਸਾਡੇ ਅੰਤਰਗਤ ਇਹ ਅਨਹਦ ਸ਼ਬਦ ਨਾਲ ਜੁੜਿਆ ਹੁੰਦਾ ਹੈ ਅਨਹਦ ਬਾਣੀ ਨਾਲ ਜੁੜਿਆ ਹੁੰਦਾ ਹੈ। ਜੋ ਸਾਡੇ ਅੰਦਰ ਪੰਜ ਸ਼ਬਦ ਪ੍ਰਗਟ ਹੁੰਦੇ ਨੇ ਤੂਰ ਵੱਜਦਾ ਹੈ ਉਸ ਦੇ ਨਾਲ ਇਹ ਜੁੜਿਆ ਹੈ ਅਤੇ ਉਸ ਸ਼ਬਦ ਦਾ ਇਸ ਦੇ ਚਾਰ ਚੁਫੇਰੇ ਰੱਖਿਆ ਚੱਕਰ ਬਣਿਆ ਹੁੰਦਾ ਹੈ ਜਿਸ ਕਰਕੇ ਇਹਨੂੰ ਤੱਤੀ ਵਾਲ ਨਹੀਂ ਲੱਗਦੀ ਮਾਤਾ ਦੇ ਗਰਭ ਵਿੱਚ। ਜਿਸ ਕਰਕੇ ਗੁਰਬਾਣੀ ਵਿੱਚ ਵੀ ਫਰਮਾ ਰਹੇ ਨੇ
ताते वावन लागे पार ब्रह्म सरनाए क्योंकि चलिए हमारे राम का दुख लगे न पाए। माता के गर्भ में यह जरा शब्द किस तरह प्रगट होंगे ने जिन्ह मन जुड़िया है जिन्हों परिवार जुड़िया है जिस करके इन्हों का रक्षा चक्र बनया होया है। ये हम आओ आप विचार करिए जदों पाउन का शब्द साढ़े अंदर चल रहा है जो साड़ी सूखम नाड़ी है यह रीढ़ के अंदर एक चक्र बना के विंगे टेढ़े चलती है यह छे चक्र बना जिन्हों गुरबाणी एक खट चक्र भी दस दिता ने कह दिता ने जिथे ऋषि होने ने खट दर्शन भी लिख दिते ने इन्हें गुरबाणी छे घर भी कह दिता गया है। यह जदों पाउन का शब्द पहले चक्र में जाता है उथे वक्री धुन होंगी है वक्रा शब्द आवाज है दूसरे उस तो वक्री है तीसरे पहले दोनों वक्री है चौथे इन्हों वक्री पंजे होर वक्री हो जाती है। यह मेन जो साढ़े अंदर अंधन धुना चलदियां हैं इन्हों गुरबाणी में पांच शब्द कह दिता गया है। इन्हों के ना होर भी बहुत सारिया धुना उत्पन्न होंगे जिन्होंने कह दिता गुरबाणी वाजे शब्द कनेरे जदों छेवां दर खुलता है पौन गगन में चली जाती है उस वक्त एक रस शब्द हो जाता है जिन्हों अनहद शब्द किंगरी शब्द साहित ते टूल बना दिता गया है उसनों नाम क्या गया है सच्चा शब्द क्या गया है जिस विच आपां समाउणा है ते जीवन मुक्त होना है। इस अनहद बाणी दे नाल इस जो साडे अंदर तूर वजदा है आना शब्द चल रहा है उस नाल माता दे गर्भ विच इह परिवार जुड़िया हुंदा है जिस करके इहनू माता दे गर्भ दी अगन नहीं पाउंदी। हुण लेकिन माता दे गर्भ विच इस परिवार नूं ट्रेनिंग दित्ती जा रही है ताकि बाहर जाके इहनू खेलण वास्ते भेजना है। हुण ट्रेनिंग देण लग्गियां किसां दे रहे ने जिहदा पाउण दे शब्द ने जो साडे नाभी रहे संपर्क कायम कीता है इथों लिप तोड़ लेंदे ने जो ही लिप तोड़दे ने उह शब्द जो है गगन में चला जाता है रखा चक्र पासे हट जाता है। तो उस वक्त जब माता के गर्भ के अगन का सेक बजता है बच्चे तो वह माता गर्भ तड़फदा है फिर कि विछोड़ा अनुभव करता है किन्नी तकलीफ महसूस करता है। इतने फिर गुरबाणी दस रहे हैं एक खिन पल तो विसरे स्वामी जाणू बस पचासा तो उन्होंने दस रहे ने यह जी ट्रेनिंग पिन दी जा रही है इस करके खिल रचा एक भी जिस तरह शब्द के नाल जुड़ के तू सिमन करना है तेरा इतने रखे चक्कर बनया होया है तेनों तत्ती वाह नहीं लग रही इस तरह ही जदों वो लिव टुट जाती है शब्द तो दूर चला जाता है कि माता के गर्भ की अगन तेन तड़फाती है यह तंग करती है तू दुखी होता है। इस तरह ही बार जदों खेल शुरू किया तेनों माया के सपुरद करना है उत्थे त्रिश्ना की अगन है अगर जे शब्द न जुड़िया रहेगा सिमन करता रहेगा तो यह बाहर दे त्रिशन अगन तेरा कुछ नहीं विगाड़ेगी अगर शब्द न विछड़ गया तो बाहर दी त्रिशना तेन अशांत कर देगी। इस खेल की परंपरा देख के समझा रहे हैं फरमा रहे हैं गुरबाणी में जैसी अगन उधर माहे तैसी बार माया माया अगन सब एको जाही करते खेल रचाया वंदने खेल खेलिया जा रहा है अंदर ट्रेनिंग देती ने इत हम माता के गर्भ में जो सानू ट्रेनिंग दी गई है वो जब मुकम्मल हो गई साढ़ा से मुकम्मल हो गया है। इस तरह जिमें ट्रेनिंग सेंटर वेचों जो मुखी होंगे ने वो समझाते ने सारा कुछ जहाँ माता पिता के दुनियावी तौर पर बच्चा बाहर जाए दूर जाए चाहे वह माँ प्यो जिमें उन्हें समझाता कि संजम ना रहना है औकड़ा तेन आ सकदिया ने। इस तरह हम अकाल पुरख जब ट्रेनिंग पूरी हो गई मन को अंदर आदेश दे रहे हैं जिसने खेल खेलने समझा रहे हैं फरमा रहे ने खट नेम कर कोष्ट बांधी बस्त अनु बिच पाई कुंजी कुल्ह प्राण का राखे करते बार न लाई। मन में दस रहे हैं कि यह छे गोला का थमा होते तेन एक मकान बनाता है एक घर बनाता है जिस दे वेचे एक कीमती वस्तु नाम रख देता है
ਪਾਉਣ ਦਾ ਜੰਦਰਾ ਲਾਤਾ ਤੇ ਵਿੱਚ ਪਾਉਣ ਦੀ ਚਾਬੀ ਬਣਾ ਕੇ ਰੱਖ ਦਿੱਤੀ ਹੈ, ਬਾਹਰ ਜਾ ਕੇ ਖੋਲ ਕੇ ਇਸਤੇਮਾਲ ਕਰ ਲਈ। ਤੇ ਨਾਲ ਦੱਸ ਰਹੇ ਨੇ ਜਿਸ ਤਰ੍ਹਾਂ ਸਾਡੇ ਕੋਲ ਹੁੰਦਿਆਂ ਤੈਨੂੰ ਕੋਈ ਫਿਕਰ ਨਹੀਂ ਸੀ, ਹੁਣ ਤੂੰ ਵੱਖ ਹੋਣ ਲੱਗਿਆ ਤੇ ਜਾਗਤ ਅਵਸਥਾ ਵਿੱਚ ਰਹਿਣਾ ਹੈ, ਅਗਰ ਜੇ ਗਾਫਲ ਹੋ ਗਏ ਤੇ ਇਹ ਤੇਰਾ ਸਮਾਨ ਚੋਰ ਲੁੱਟ ਕੇ ਲੈ ਜਾਣਗੇ। ਫਰਮਾ ਰਹੇ ਨੇ ਮਨ ਨੂੰ, ਅਬ ਮਨ ਜਾਗਤ ਰਹੋ ਰੇ ਪਾਏ, ਗਾਫਲ ਹੋ ਕੇ ਜਨਮ ਗਵਾਏ ਚੋਰ ਮੂਸੇ ਕਰ ਜਾਏ। ਫਿਰ ਦੱਸ ਰਹੇ ਨੇ ਇਸ ਸੀਤ ਵਿੱਚ ਸਪੈਸ਼ਲ ਇੱਕ ਤੇਰਾ ਘਰ ਬਣਾ ਦਿੱਤਾ ਹੈ, ਇਸ ਘਰ ਦੇ ਗੇਟ ਅੱਗੇ ਪੰਜ ਜਣੇ ਪਹਿਰੇ ਤੇ ਖੜੇ ਰਹਿਣ ਕਰਨਗੇ। ਜਦੋਂ ਘਰੋਂ ਨਿਕਲਣਾ ਸਭ ਦਾ ਪ੍ਰਕਾਸ਼ ਲੈ ਕੇ ਨਿਕਲਣਾ, ਇਹਨਾਂ ਦਾ ਵਿਸ਼ਵਾਸ ਨਹੀਂ ਕਰਨਾ, ਇਹ ਵੀ ਧੋਖਾ ਕਰ ਸਕਦੇ ਨੇ। ਫਰਮਾ ਰਹੇ ਨੇ ਪੰਜ ਪਹਿਰੂ ਦਾ ਡਰ ਮੇ ਰਹਿਤੇ ਤਿੰਨ ਕਾ ਨਹੀਂ ਪਤਿਆਰਾ, ਚੇਤ ਸਚੇਚਿਤ ਹੋਏ ਰਹੋ ਤੋਂ ਲੈ ਪ੍ਰਗਾਸ ਅਜਾਰਾ। ਨਾਲ ਦੱਸ ਰਹੇ ਨੇ ਅਗੇ ਜਿਹੜਾ ਜਾਏਗਾ ਸੰਸਾਰ ਵਿੱਚ ਤੇ ਨੌ ਦਸ ਦੇ ਖੁੱਲ ਜਾਣਗੇ, ਦਸਾਂ ਤੋਂ ਤੇਰਾ ਘਰ ਕਰ ਦਿੱਤਾ ਜਾਏਗਾ, ਇਹ ਨਵਾਂ ਦਰਾਂ ਦੇ ਵਿੱਚ ਚੋਰਾਂ ਦਾ ਵਾਸਾ ਹੋਵੇਗਾ। ਜੇ ਤੂੰ ਚੋਰਾਂ ਦਾ ਸਾਥੀ ਬਣ ਗਿਆ, ਇਹ ਕੀਮਤੀ ਵਸਤੂ ਤੂੰ ਵੀ ਪ੍ਰਾਪਤ ਨਹੀਂ ਕਰ ਸਕੇਗਾ। ਫਰਮਾ ਰਹੇ ਨੇ ਨੌ ਘਰ ਦੇਖ ਜੋ ਕਾਮਨ ਭੁੱਲੇ, ਵਸਤ ਅਨੂ ਨਾ ਪਾਏ, ਕਹੋ ਕਬੀਰ ਨਾਵੇਂ ਕਰ ਮੋਸੇ, ਦਸਵੇਂ ਤੱਤ ਸਮਾਈ। ਇਹ ਸਾਰਾ ਕੁਝ ਸਮਝਾਉਣ ਤੋਂ ਬਾਅਦ ਹੁਕਮ ਹੋ ਗਿਆ ਪਰਿਵਾਰ ਨੂੰ, ਇਸ ਸਾਰੇ ਨੂੰ ਵੀ ਜਾ ਕੇ ਖੇਲ ਸ਼ੁਰੂ ਕਰੋ। ਹੁਣ ਇੱਥੇ ਮਾਤਾ ਦੇ ਗਰਭ ਤੋਂ ਸਾਡਾ ਪ੍ਰਕਾਸ਼ ਹੋ ਗਿਆ ਹੈ। ਪ੍ਰਕਾਸ਼ ਹੋਣ ਦੇ ਨਾਲ ਜਿਹਦੋਂ ਸਾਡੇ ਪਾਉਣ ਦੇ ਸ਼ਬਦ ਨਿਰੰਕਾਰ ਨਾਲ ਲਿਵ ਜੁੜੀ ਸੀ, ਉਹਨਾਂ ਲਿਵ ਤੋੜ ਲਈ, ਨਾਲ ਦੇ ਰਸਤੇ ਰਾਹੀਂ ਜਿਹਨਾਂ ਸੰਪਰਕ ਸੀ ਉਹ ਟੁੱਟ ਗਿਆ ਹੈ। ਜਿਵੇਂ ਸੰਪਰਕ ਟੁੱਟਾ ਹੈ, ਸ਼ਬਦ ਗਗਨ ਵਿੱਚ ਚਲਾ ਗਿਆ ਹੈ, ਤਾਂ ਉਸ ਵਕਤ ਮਨ ਜਿਹੜਾ ਹੈ ਜਿਹਨੂੰ ਹੁਣੇ ਹੁਣੇ ਅਕਾਲ ਪੁਰਖ ਆਦੇਸ਼ ਦੇ ਰਿਹਾ ਸੀ, ਉਹ ਗੁਪਤ ਹੋ ਗਏ ਨੇ। ਉਹਨੇ ਤ੍ਰਿਸ਼ਨਾ ਉਤਪੰਨ ਹੋਈ ਕਿ ਉਹਨਾਂ ਨੂੰ ਮਿਲਾਂ, ਮਿਲਣ ਵਾਸਤੇ ਪੰਜਾਂ ਤੱਤਾਂ 'ਚ ਵਿਚਰ ਗਿਆ। ਉਹ ਇਹਨੇ ਨੂੰ ਕਾਲ ਨੇ ਹੁਕਮ ਦਿੱਤਾ ਮਾਇਆ ਨੂੰ, ਇਹਨੂੰ ਆਪਦੇ ਵੱਸ ਕਰ ਲਓ। ਜਿਉਂ ਹੀ ਮਾਇਆ ਨੇ ਮਨ ਨੂੰ ਵੱਸ ਕੀਤਾ ਹੈ, ਸਰੀਰ ਦੇ ਨੌ ਦਰ ਖੋਲ ਦਿੱਤੇ ਗਏ ਨੇ। ਨੌ ਦਰ ਖੁੱਲਣ ਦੇ ਨਾਲ ਹੀ ਜੋ ਪਾਉਣ ਦਾ ਸ਼ਬਦ ਜੋ ਸਾਡੇ ਅੰਦਰ ਗਿਆ, ਸੁਖਮ ਬੰਦ ਹੋ ਗਿਆ, ਜਿਸ ਵਿੱਚ ਨਾਮ ਜੋ ਹੈ ਗੁਪਤ ਹੋ ਗਿਆ, ਆਤਮਾ ਗੁਪਤ ਹੋ ਗਈ, ਜਿਹਨੂੰ ਸੱਚਾ ਸਭ ਤੇ ਜੋਤ ਕਹਿੰਦੀਆਂ ਗੁਪਤ ਹੋ ਗਏ, ਧਰਮ ਤੇ ਚਿੱਤਰ ਗੁਪਤ ਤੇ ਦੁਸ਼ਟ ਆਤਮਾ ਵੱਖ ਹੋ ਗਈਆਂ, ਮਾਨ ਕਾਲ ਵੱਸ ਹੋ ਗਿਆ, ਇੱਥੇ ਸਾਰੇ ਪਰਿਵਾਰ ਦਾ ਵਿਛੋੜਾ ਪੈ ਗਿਆ। ਹੁਣ ਵਿਛੋੜਾ ਪੈਣ ਦੇ ਨਾਲ ਮਨ ਜਿਹੜਾ ਹੈ ਕਾਲ ਵੱਸ ਹੈ, ਧਰਮ ਤੇ ਚਿੱਤਰ ਦੁਸ਼ਟਾਂ ਤੋਂ ਵੱਖ ਨੇ, ਆਪਾਂ ਉਹਦੀਆਂ ਪੋਸਟਾਂ ਸੰਭਾਲੀਆਂ ਨੇ, ਨਾਮ ਗੁਪਤ ਹੋ ਗਿਆ। ਹੁਣ ਇੱਥੇ ਖੇਲ ਸ਼ੁਰੂ ਹੋਣਾ। ਇਸ ਖੇਲ ਦੇ ਵਿੱਚ ਮਨ ਨੂੰ ਸਮਝਾ ਦਿੱਤਾ ਸੀ ਵੀ ਜਿਹੜਾ ਨਾਮ ਗੁਪਤ ਹੋਇਆ ਹੈ, ਜਿਨ ਦਿਨੋਂ ਇਸ ਦੀ ਲਿਵ ਟੁੱਟ ਗਈ ਮਾਲਕ ਜੋ, ਇਸ ਨਾਲ ਵੀ ਤੂੰ ਮਿਲਣਾ ਹੈ, ਜਦੋਂ ਨਾਮ ਵਿੱਚ ਤੂੰ ਮਿਲ ਜਾਏਗਾ, ਜਿਹੜਾ ਇਹਨੂੰ ਖੇਲ ਸਮਝਾ ਕੇ ਭੇਜਿਆ ਸੀ, ਨਾਮ ਵਿੱਚ ਸਮਾ ਜਾਏਗਾ ਅਤੇ ਖੇਲ ਜਿੱਤ ਜਾਏਗਾ। ਹੁਣ ਜਿਹੜਾ ਨਾਮ ਗੁਪਤ ਹੋ ਗਿਆ ਦਸਵੇਂ ਦੁਆਰ ਵਿੱਚ, ਜਿੰਨਾ ਚਿਰ ਮਨ ਜਿਹੜਾ ਹੈ ਇਸ ਖੇਲ ਵਿੱਚ ਖੇਲਦਾ ਖੇਲਦਾ ਉਹ ਇਸ ਦਰ ਨੂੰ ਨਹੀਂ ਖੋਲਦਾ, ਦਸਵੇਂ ਦੁਆਰ ਵਿੱਚ ਨਹੀਂ ਪ੍ਰਵੇਸ਼ ਹੁੰਦਾ, ਥਿਰ ਘਰ ਵਿੱਚ ਨਹੀਂ ਜਾਂਦਾ, ਉਹਨਾਂ ਚ ਨਾਮ ਇਹ ਸਮਾਉਂਦਾ ਨਹੀਂ। ਜੇ ਤਾਂ ਇਸ ਜਾਮੇ ਦੇ ਵਿੱਚ ਇਹ ਦਰ ਖੋਲ ਲਿਆ ਤੇ ਨਾਮ ਇਹ ਸਮਾ ਗਿਆ, ਇਹ ਤਾਂ ਜੀਵਨ ਨੂੰ ਖੰਡਨ ਹੋ ਜਾਏਗਾ, ਇਹ ਮਾਲਕ ਨੂੰ ਮਿਲ ਜਾਏਗਾ, ਇਹ ਖੇਲ ਜਿੱਤ ਜਾਏਗਾ। ਇੱਥੇ ਹੁਣ ਆਪਾਂ ਸਮਝਾ ਤਾ ਨੇ ਗੁਰਬਾਣੀ ਵਿੱਚ, ਹਰ ਜਨ ਹਰ ਹਰ ਨਾਮ ਸਮਾਨੇ, ਦੁੱਖ ਜਨਮ ਮਨ ਭਾਉ ਖੰਡਾ ਹੈ, ਅਵਨਾਸ਼ੀ ਪੁਰਖ ਪਾਇਆ ਪਰਮੇਸ਼ੁਰ, ਬਹੁ ਸੋ ਖੰਡ ਬ੍ਰਹਮੰਡਾ ਹੈ। ਅਗਰ ਜੇ ਇਹ ਇਸ ਜਾਮੇ ਵਿੱਚ ਦਰ ਖੋਲ ਕੇ ਆਪਦੇ ਥਿਰ ਕਰ ਨਹੀਂ ਬੈਠਾ, ਨਾਮ ਚ ਨਹੀਂ ਸਮਾਇਆ, ਸਮਝੋ ਖੇਲ ਹਾਰ ਗਿਆ। ਹੁਣ ਜਦੋਂ ਆਪਾਂ ਸਾਰਿਆਂ ਨੂੰ ਭੇਦ ਦਿੱਤਾ ਗੁਰਬਾਣੀ ਗੁਰੂ ਨੇ ਵੀ ਨਾਮ ਵਿੱਚ ਸਮਾ ਕੇ ਹੀ ਤੁਸੀਂ ਖੇਲੇ ਜਿੱਤ ਸਕਦੇ ਹੋ, ਆਪਣੇ ਘਰ ਦਾ ਭੇਦ ਦਿੱਤਾ ਹੈ, ਇਹ ਪਰਿਵਾਰ ਦਾ ਭੇਦ ਦਿੱਤਾ ਹੈ, ਉਹਨਾਂ ਦੀਆਂ ਡਿਊਟੀਆਂ ਦੱਸਦੀਆਂ ਨੇ ਵੀ ਆਹ ਉਹਨਾਂ ਦੀਆਂ ਡਿਊਟੀਆਂ, ਜੇ ਉਹਨਾਂ ਦੇ ਖੇਲ ਖੇਲੋ। ਹੁਣ ਆਪਾਂ ਭੁੱਲ ਗਏ ਸਾਰਾ, ਜੋ ਸਿੱਖ ਕੇ ਆਏ ਸੀ ਉਹ ਕੀ ਹੋਇਆ, ਜਦੋਂ ਸਾਡਾ ਲਿਵ ਟੁੱਟੀ ਮਾਲਕ ਨਾਲੋਂ ਦਰ ਖੁੱਲ੍ਹੇ ਨੇ,
ਇਹ ਨਦੀਆਂ ਦਾ ਸੰਤੁਲਨ ਵਿਗੜ ਗਿਆ ਹੈ। ਇੱਥੇ ਆ ਕੇ ਪਰਿਵਾਰ ਦਾ ਵਿਛੋੜਾ ਪੈ ਗਿਆ, ਸਾਰਾ ਕੁਝ ਪਿਛੋਕੜ ਜਿਹੜਾ ਸੀ ਸਾਰਾ ਭੁੱਲ ਗਏ। ਹੁਣ ਇੱਥੇ ਫਿਰ ਪਿਛੋਕੜ ਨੂੰ ਕਿਵੇਂ ਯਾਦ ਕਰੀਏ? ਉਹਨੂੰ ਯਾਦ ਕਰਨ ਵਾਸਤੇ ਹੀ ਉਸ ਪਿਛਲਾ ਵੀ ਕਿੱਥੇ ਮਾਲਕ ਬੈਠਾ, ਕੀ ਸਾਡਾ ਪਰਿਵਾਰ ਹੈ, ਕਿਹੜਾ ਘਰ ਹੈ ਸਾਡਾ, ਇਸ ਕਰਕੇ ਸਾਨੂੰ ਗੁਰੂ ਦੀ ਜ਼ਰੂਰਤ ਹੈ। ਬਾਹਰ ਦਾ ਗਿਆਨ ਭਾਵੇਂ ਸਾਨੂੰ ਕਿੰਨਾ ਹੋ ਜਾਏ, ਲੇਕਿਨ ਜਿੰਨਾ ਚਿਰ ਅੰਦਰਲਾ ਗਿਆਨ ਨਹੀਂ ਹੁੰਦਾ ਹਨੇਰਾ ਹੀ ਹੈ। ਇੱਥੇ ਹੁਣ ਗੁਰੂ ਦੇ ਵਿਸ਼ੇਸ਼ਤਾ ਹੀ ਦੱਸਿਆ, ਗੁਰਬਾਣੀ ਦੱਸਿਆ ਹੈ, ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰਬਿੰਦ ਕੌਰ ਹੰਦਾਸ। ਇੱਥੇ ਹੁਣ ਆਪਾਂ ਗੁਰੂ ਦੇ ਸ਼ਬਦ ਵਿੱਚ ਆ ਗਏ, ਪੰਜਾਂ ਪਿਆਰਿਆਂ ਕੋਲ ਚਲੇ ਗਏ। ਪੰਜਾਂ ਪਿਆਰਿਆਂ ਨੇ ਆਪਾਂ ਨੂੰ ਦੇਖਿਆ ਵੀ ਇਹ ਸੰਤ ਬਣ ਚੁੱਕੇ ਨੇ, ਆਪਣੀ ਪਰਖ ਕੀਤੀ। ਜਦੋਂ ਆਪਾਂ ਨੂੰ ਉਹਨਾਂ ਦੇਖਿਆ ਵੀ ਸੰਤ ਬਣ ਗਏ ਨੇ, ਸਿਪਾਹੀ ਦਾ ਰੋਲ ਦਿੱਤਾ ਹੈ ਵੀ ਕਿਸ ਤਰ੍ਹਾਂ ਅਸੀਂ ਡਿਊਟੀ ਨਿਭਾਉਣੀ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ, ਗੁਰੂ ਨੂੰ ਪਤਾ ਹੈ ਕਿ ਖੇਲ ਸਮਝੇ ਹੋਏ ਨੇ, ਹੁਣ ਇਹਨਾਂ ਨੂੰ ਇਸ ਖੇਲ ਨੂੰ ਜਿੱਤਣ ਦਾ ਤਰੀਕਾ ਦੱਸਣਾ ਹੈ। ਉਹਨਾਂ ਆਪਾਂ ਨੂੰ ਸ਼ਬਦ ਦਾ ਗੁਰਮੰਤਰ ਦੇ ਕੇ, ਭੰਡਾਰਾ ਦੇ ਕੇ, ਕਕਾਰ ਸੁਣ ਕੇ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਭੇਜ ਦਿੱਤਾ ਵੀ ਅੱਜ ਤੋਂ ਤੁਹਾਡਾ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਹੈ, ਜੋ ਤੁਸੀਂ ਪੁੱਛਣਾ ਹੈ ਇਹਨਾਂ ਨੂੰ ਪੁੱਛ ਲੈਣਾ। ਹੁਣ ਆਪਾਂ ਸਾਰੇ ਸਤਸੰਗਤ ਦੇ ਰੂਪ ਵਿੱਚ, ਸੰਗਤ ਦੇ ਰੂਪ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਹਾਜ਼ਰ ਹੋਏ ਹਾਂ ਇਹ ਪੁੱਛਣ ਵਾਸਤੇ ਵੀ ਤੁਸੀਂ ਖੇਲ ਦਾ ਸਮਝਾ ਦਿੱਤਾ ਹੈ ਵੀ ਜਿਹੜਾ ਨਾਮ ਤੁਸੀਂ ਦੱਸਿਆ ਵੀ ਨਾਮ ਵਿੱਚ ਸਮਾਉਣ ਤੋਂ ਬਾਅਦ ਹੀ ਤੁਸੀਂ ਖੇਲ ਜਿੱਤੋਗੇ, ਫਿਰ ਤੁਸੀਂ ਸੱਚ ਨਾਲ ਮਿਲ ਸਕਦੇ ਹੋ। ਸਾਨੂੰ ਦੱਸੋ ਜੀ ਉਹ ਨਾਮ ਕਿੱਥੇ ਹੈ ਜਿਹਦੇ ਵਿੱਚ ਸਮਾ ਕੇ ਅਸੀਂ ਖੇਲ ਜਿੱਤਣਾ ਹੈ। ਆਪਾਂ ਹੁਣ ਪੁੱਛਿਆ ਹੈ ਅਤੇ ਗੁਰੂ ਜੋ ਆਪਾਂ ਪੁੱਛਾਂਗੇ, ਪੁੱਛਣ ਦੇ ਵਸਤਰ ਵਿੱਚ ਜਾ ਕੇ, ਕਿਉਂਕਿ ਆਪਾਂ ਤ੍ਰੈ ਗੁਣਾਂ ਵਿੱਚ ਖੇਲਦੇ ਹਾਂ, ਜਿਹਨਾਂ ਗੁਰੂ ਸਾਡਾ ਚੌਥੇ ਪਦ ਵਿੱਚ ਬੈਠਾ ਹੈ, ਜਿਹਦੇ ਹੱਥ ਵਿੱਚ ਸਾਡੀ ਜਾਨ ਹੈ, ਉਹਨਾਂ ਨੇ ਚੌਥੇ ਪਦ ਨੇ ਜਨ ਕੇ ਜਿੰਦ। ਹੁਣ ਜਿੰਨਾ ਚਿਰ ਅਸੀਂ ਚੌਥੇ ਪਦ ਵਿੱਚ ਨਹੀਂ ਜਾਂਦੇ, ਉਹਨਾਂ ਚਿਰ ਸਨਮੁੱਖ ਹੋ ਕੇ ਪੁੱਛ ਨਹੀਂ ਸਕਦੇ। ਇਸ ਕਰਕੇ ਆਪਾਂ ਨੂੰ ਸੰਗਤ ਦਾ ਆਸਰਾ ਲੈਣਾ ਪੈਂਦਾ, ਸੰਤਾਂ ਦੀ ਦਾ, ਗੁਰਮੁਖਾਂ ਦੀ ਦਾ, ਭਗਤਾਂ ਅਤੇ ਸਾਧੂਆਂ ਦਾ, ਬ੍ਰਹਮ ਗਿਆਨੀਆਂ ਦਾ, ਜਿਹਨਾਂ ਨੂੰ ਭੇਦ ਹੈ, ਜਿਹੜੇ ਚੌਥੇ ਪਦ ਵਿੱਚ ਚਲੇ ਗਏ ਨੇ, ਵੀ ਉਹਨਾਂ ਤੋਂ ਪੁੱਛ ਲਈਏ। ਸੰਤ ਜਿਹੜੇ ਨੇ, ਜਿਵੇਂ ਆਪਾਂ ਦੁਨਿਆਵੀ ਤੌਰ 'ਤੇ ਜਿਵੇਂ ਮੰਨ ਲਓ ਪ੍ਰਿੰਸੀਪਲ ਸਾਹਿਬ ਅੰਗਰੇਜ਼ੀ ਜਾਣਦੇ ਨੇ, ਮੈਂ ਪੰਜਾਬੀ ਜਾਣਦਾ, ਇਹ ਪੰਜਾਬੀ ਮੈਂ ਜਾਣਦੇ ਹਾਂ, ਅਤੇ ਸਾਨੂੰ ਵਿੱਚ ਇੱਕ ਵਿਚੋਲਾ ਪਾਉਣਾ ਪਏਗਾ। ਤੀਸਰਾ ਆਦਮੀ ਜਿਹੜਾ ਅੰਗਰੇਜ਼ੀ ਅਤੇ ਪੰਜਾਬੀ ਜਾਣਦਾ ਹੋਵੇ, ਮੇਰੀ ਭਾਸ਼ਾ ਇਹਨੂੰ ਦੱਸੇ ਅਤੇ ਇਹਨਾਂ ਦੇ ਮੈਨੂੰ ਦੱਸੇ, ਉਹਨੂੰ ਕਹਿੰਦੇ ਆਪਾਂ ਦੁਭਾਸ਼ੀਆ। ਇਸੇ ਤਰ੍ਹਾਂ ਜਿਹਨਾਂ ਨੂੰ ਆਪਣੀ ਭਾਸ਼ਾ ਵਿੱਚ ਸੰਤ ਕਹਿ ਗਿਆ, ਦੁਭਾਸ਼ੀਆ ਹੁੰਦੇ ਨੇ, ਉਹ ਚੌਥੇ ਪਦ ਵਿੱਚ ਵਿਚਰਦੇ ਹੋਏ ਗੁਰੂ ਦੇ ਬਚਨ ਨੂੰ ਸਮਝਦੇ ਨੇ, ਤ੍ਰੈ ਗੁਣਾਂ 'ਚ ਵਿਚਰਦੇ ਆਪਣੀ ਭਾਸ਼ਾ ਨੂੰ ਵੀ ਸਮਝਦੇ ਨੇ। ਜਦੋਂ ਆਪਾਂ ਪੁੱਛਦੇ ਹਾਂ ਵੀ ਸਾਨੂੰ ਗੁਰੂ ਤੋਂ ਪੁੱਛ ਕੇ ਦੱਸੋ, ਅਤੇ ਉਹ ਫਿਰ ਆਪਣੀ ਭਾਸ਼ਾ ਗੁਰੂ ਨੂੰ ਦੱਸ ਕੇ ਵੀ ਆਹ ਕੋਈ ਤੁਹਾਤੋਂ ਪੁੱਛਦੇ ਨੇ, ਫਿਰ ਜੋ ਗੁਰੂ ਦੱਸਦਾ ਉਹ ਆਪਾਂ ਨੂੰ ਦੱਸਦੇ ਨੇ। ਇਸੇ ਤਰ੍ਹਾਂ ਹੁਣ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜੋ ਸੰਤ ਬੈਠੇ ਨੇ, ਆਪਾਂ ਉਹਨਾਂ ਤੋਂ ਆਵਣ ਪੁੱਛੀਏ, ਸਾਨੂੰ ਪੁੱਛ ਕੇ ਦੱਸੋ ਮਹਾਰਾਜ ਤੋਂ ਵੀ ਉਹ ਨਾਮ ਜਿਹੜਾ ਹੈ ਉਹ ਕਿੱਥੇ ਹੈ ਜਿਹਦੇ ਵਿੱਚ ਅਸੀਂ ਸਮਾਉਣਾ ਹੈ, ਅਤੇ ਉਹ ਗੁਰਬਾਣੀ ਤੋਂ ਪੁੱਛ ਕੇ ਉਹਨਾਂ ਆਪਾਂ ਨੂੰ ਦੱਸਿਆ ਅਤੇ ਕੀ ਦੱਸ ਰਹੇ ਨੇ ਕਿੱਥੇ ਆ ਨਾਮ। ਇਹ ਜਿਹੜੇ ਬਚਨ ਨੇ ਇਹ ਸੁਖਮ ਨੇ ਸਾਰੇ, ਇਸ ਕਰਕੇ ਅੰਤਰਗਤ ਆਪਦੇ ਧਿਆਨ ਦੁਆਰਾ ਸੁਣ ਕੇ ਅਤੇ ਦੇਖ ਹੀ ਜਾਣਾ ਕੀ ਆਪਾਂ ਦੱਸ ਰਹੇ ਨੇ ਗੁਰੂ। ਉਹ ਦੱਸ ਰਹੇ ਨੇ ਜਿਸ ਨਾਮ ਵਿੱਚ ਤੁਸੀਂ ਸਮਾਉਣਾ ਹੈ ਉਹ ਨਾਮ ਤੁਹਾਡੇ ਅੰਦਰ ਹੈ, ਦੱਸ ਰਹੇ ਨੇ ਉਹਦੇ ਨਾਮ ਨੇ ਅੰਮ੍ਰਿਤ ਪ੍ਰਭ ਕਾ ਨਾਮ, ਦੇਹ ਮੈਂ ਇਸ ਕਾ ਵਿਸਰਾਮ। ਉਹਨੇ ਆਖਿਆ ਜਿਹੜਾ ਨਾਮ ਜਿਹਦੇ ਤੁਸੀਂ ਸਮਾਉਣਾ ਇਹ ਤੁਹਾਡੇ ਦੇਹ ਦੇ ਅੰਦਰ ਹੈ। ਫਿਰ ਆਪਾਂ ਬੇਨਤੀ ਕੀਤੀ, ਅਸੀਂ ਤਾਂ ਇੰਨੀ ਨਹੀਂ ਸੋਝੀ ਰੱਖਦੇ, ਸਾਨੂੰ ਸਪੈਸ਼ਲ ਦੱਸੋ ਵੀ ਕਿਸ ਥਾਂ 'ਤੇ ਮੌਜੂਦ ਹੈ। ਫਿਰ ਗੁਰਬਾਣੀ ਗੁਰੂ ਆਪਾਂ ਨੂੰ ਦੱਸ ਰਹੀ ਹੈ ਸਾਡੇ ਅੰਦਰੋਂ ਨਾਮ ਕਿੱਥੇ ਹੈ ਜਿਸ ਨੂੰ ਆਪਾਂ ਪ੍ਰਗਟ ਕਰਨਾ ਹੈ, ਜਿਹਦੇ ਸਮਾਉਣਾ ਹੈ, ਫਰਮਾ ਰਹੇ ਨੇ ਹਰ ਨਾਮ ਰਤਨ ਕੋਠੜੀ ਗੜ ਮੰਦਰ ਏਕ ਲਗਾਨੀ।
ਫਰਮਾ ਰਹੇ ਨੇ ਕਿ ਉਹ ਹਰੇ ਦਾ ਨਾਮ ਜੋ ਰਤਨ ਦਾ ਰੂਪ ਹੈ ਤੁਹਾਡੇ ਅੰਦਰ ਇੱਕ ਕੋਠੜੀ ਬਣਾਈ ਹੈ, ਗੜ ਕਿਲ੍ਹਾ ਬਣਾਇਆ ਹੈ, ਇੱਕ ਮੰਦਿਰ ਬਣਾਇਆ ਜਿਸ ਵਿੱਚ ਉਸਨੂੰ ਲੁਕਾ ਕੇ ਰੱਖ ਦਿੱਤਾ ਹੈ। ਹੁਣ ਸਾਨੂੰ ਇਹ ਤਾਂ ਜਨਮ ਤੋਂ ਪਹਿਲਾਂ ਵੀ ਸਮਝਾਇਆ ਸੀ, ਭੁੱਲ ਗਏ ਸੀ, ਹੁਣ ਉਹਨਾਂ ਨੇ ਸਾਨੂੰ ਦੱਸ ਦਿੱਤਾ। ਫਿਰ ਆਪਾਂ ਪੁੱਛਦੇ ਹਾਂ ਜੀ, ਇਹ ਪਤਾ ਨਹੀਂ ਲੱਗਾ, ਚੰਗੀ ਤਰ੍ਹਾਂ ਸਾਨੂੰ ਸਮਝਾ ਦਿਓ ਕਿ ਉਹ ਕੋਠੀ ਕਿੱਥੇ ਹੈ ਜਿਹਨੂੰ ਗੁਫਾ ਵੀ ਕਹਿਤਾ ਹੈ, ਮੰਦਰ ਵੀ ਕਹਿਤਾ ਹੈ, ਹੋਰ ਵੀ ਦਸਵਾਂ ਦਾ ਦਸਵਾਂ ਆਕਾਸ਼ ਵੀ ਕਹਿਤਾ ਹੈ, ਸ਼ਿਵਪੁਰੀ ਵੀ ਕਹਿਤਾ ਹੈ, ਗਗਨ ਵੀ ਕਹਿਤਾ ਹੈ, ਵੀ ਉਹ ਸਾਨੂੰ ਦੱਸੋ ਕਿੱਥੇ ਛੁਪਾ ਕੇ ਸਾਡੇ ਸਿਰ ਵਿੱਚ ਰੱਖਿਆ ਹੈ। ਇੱਥੇ ਫਿਰ ਆਪਾਂ ਨੂੰ ਗੁਰਬਾਣੀ ਦੱਸ ਰਹੇ ਨੇ, ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ। ਹੁਣ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜਿਹਨਾਂ ਨੂੰ ਸਤਿਗੁਰੂ ਦਾ ਖਿਤਾਬ ਬਖਸ਼ਿਸ਼ ਕੀਤਾ ਹੋਇਆ ਹੈ, ਜਿੱਥੇ ਇਹ ਮੌਜੂਦ ਨੇ ਉਹਨਾਂ ਨੂੰ ਆਪਾਂ ਗੁਰਦੁਆਰਾ ਇਸੇ ਕਰਕੇ ਕਹਿੰਦੇ ਹਾਂ ਕਿਉਂਕਿ ਇਹ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੀ ਉਸ ਨਾਮ ਦੀ ਮਹਿਮਾ ਕਰ ਰਹੀ ਹੈ ਜਿਸ ਵਿੱਚ ਅਸੀਂ ਸਮਾਉਣਾ ਹੈ, ਉਸ ਨਿਰੰਕਾਰ ਦੀ ਮਹਿਮਾ ਕਰ ਰਹੀ ਹੈ ਜਿਸ ਨੂੰ ਅਸੀਂ ਮਿਲਣਾ ਹੈ। ਇਸ ਕਰਕੇ ਇਸ ਨੂੰ ਵੀ ਗੁਰਦੁਆਰਾ ਕਿਹਾ ਜਾਂਦਾ ਜਿੱਥੇ ਸਤਿਗੁਰੂ ਗੁਰਬਾਣੀ ਗੁਰੂ ਬੈਠੇ ਨੇ। ਔਰ ਇਹ ਹੁਣ ਸਾਨੂੰ ਦੱਸ ਰਿਹਾ ਵੀ ਤੁਹਾਡੇ ਅੰਦਰ ਉਹ ਗੁਰੂ ਹੈ, ਉਹ ਗੁਰਦੁਆਰਾ ਹੈ ਜਿੱਥੇ ਸ਼ਬਦ ਗੁਰੂ ਹੈ, ਜਿਹਨੂੰ ਗੁਰੂ ਨਾਨਕ ਦੇਵ ਨੇ ਕਿਹਾ ਸੀ ਸ਼ਬਦ ਗੁਰੂ ਸੁਰ ਤੋਂ ਚੇਲਾ। ਜਿਹਦੇ ਤੁਹਾਡੇ ਅੰਦਰ ਸ਼ਬਦ ਗੁਰੂ ਹੈ ਉਹ ਗੁਰਦੁਆਰਾ ਹੈ, ਉੱਥੇ ਚਲੇ ਜਾਓ, ਉੱਥੇ ਅੰਦਰ ਮਾਲਕ ਬੈਠਾ ਹੈ, ਉੱਥੇ ਨਾਮ ਹੈ। ਦੱਸ ਰਹੇ ਨੇ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀਏ, ਦਸਵਾਂ ਗੁਰਤ ਰਖਾਇਆ। ਹੁਣ ਇੱਥੇ ਆਉਂਦੇ ਗੁਰਦੁਆਰੇ ਲਾਏ ਭਾਵਨੇ, ਇੱਕ ਨਾ ਦਸਵਾਂ ਦੁਆਰ ਦਿਖਾਇਆ ਤੇ ਕਿਹਨਾਂ ਜਿਹੜੇ ਸ਼ਰਧਾ ਨਾਲ ਇੱਥੇ ਆ ਬੈਠੇ ਨੇ ਗੁਰੂ ਦਰ ਤੇ, ਉਹਨਾਂ ਨੂੰ ਕੀ ਉਹਨਾਂ ਦੇਖਿਆ ਅੰਦਰ, ਉਹਨੇ ਤੇ ਅਨੇਕ ਰੂਪ ਨਾਉ ਨਾਮ ਦਿਸਦਾ ਅੰਤ ਨਾ ਜਾਈ ਪਾਇਆ। ਫਿਰ ਆਪਾਂ ਬੇਨਤੀ ਕਰਦੇ ਹਾਂ, ਇਹ ਤਾਂ ਪਤਾ ਲੱਗ ਗਿਆ ਕਿ ਆਪਾਂ ਪ੍ਰੈਕਟੀਕਲ ਕਰਨ ਜਾ ਰਹੇ ਹਾਂ ਵੀ ਆਪਾਂ ਹੁਣ ਆਪਣੇ ਅੰਦਰ ਦੇਖੀਏ ਵੀ ਉਹ ਡਰ ਕਿੱਥੇ ਹੈ ਜਿੱਥੋਂ ਪਾਉਣ ਆਉਂਦੇ ਨੇ। ਆਪਾਂ ਨੂੰ ਸਮਝਾ ਕੇ ਮਾਤਾ ਗੁਰੂ ਜੀ ਭੇਜਿਆ ਸੀ, ਪਾਉਣ ਦਾ ਜੰਦਰਾ ਲਾਇਆ, ਪਾਉਣ ਦੇ ਵਿੱਚ ਚਾਬੀ ਰੱਖੀ, ਉਹ ਡਰ ਦੇ ਅੱਗੋਂ ਪਾਉਣ ਚੱਲ ਰਹੀ ਹੈ ਤੇ ਪਾਉਣ ਦੇ ਵਿੱਚ ਮਨ ਮਿਲਿਆ ਹੋਇਆ ਹੈ, ਮਿਲਣ ਕਰਕੇ ਉਹਦੇ ਵਿਚਾਰ ਨਹੀਂ ਰੁਕਦੇ। ਲੰਘਦਾ ਉਹ ਦਰਵਾਜ਼ੇ ਦੇ ਅੱਗੋਂ ਪਿਆ ਹੈ, ਲੇਕਿਨ ਉਹ ਜੰਦਰਾ ਤੇ ਚਾਬੀ ਵਿੱਚ ਰੱਖੀ ਹੋਣ ਕਰਕੇ ਖੁੱਲਿਆ ਨਾ ਹੋਣ ਕਰਕੇ ਅਸੀਂ ਉਸ ਡਰ ਤੇ ਨਹੀਂ ਜਾ ਰਹੇ ਗੁਰੂ ਦੇ ਡਰ ਤੇ। ਉਹ ਆਪਣੇ ਅੰਦਰ ਕਿਹੜਾ ਅਸਥਾਨ ਹੈ ਜਿਹਨੂੰ ਸਾਈ ਗੁਫਾ ਦਾ ਨਾਂ ਦੇ ਕੇ ਦੱਸ ਰਹੇ ਨੇ ਆਪਾਂ ਨੂੰ। ਜਦੋਂ ਆਪਾਂ ਹੁਣ ਪ੍ਰੈਕਟੀਕਲ ਵਿੱਚ ਸਹਿਜ ਵਿੱਚ ਆ ਕੇ ਵਿਚਾਰ ਰਹੇ ਹਾਂ, ਇਸ ਪਿੰਡ ਨੂੰ ਪਤਾ ਲੱਗਦਾ ਹੈ ਕਿ ਜਿਹੜੀਆਂ ਆਪਣੀਆਂ ਦੋਵੇਂ ਨਾਸਕਾਂ ਨੇ ਇਹਨਾਂ ਨੂੰ ਜੋ ਪਾਉਣ ਹੈ ਇੱਕ ਥਾਂ ਤੋਂ ਦੂਸਰੇ ਥਾਂ ਜੋ ਬਦਲ ਦੇ, ਜਿੱਥੇ ਸੁਖਨ ਬੰਦ ਹੈ ਇਸ ਸੁਖਮਨ ਦੇ ਡਰ ਅੱਗੋਂ ਲੰਘਦੀ ਹੈ, ਇਸ ਪਾਉਣ ਦੁਆਰਾ ਇੱਕ ਉਹ ਬੰਦ ਕੀਤਾ ਹੋਇਆ ਡਰ ਤੇ ਗੁਰੂ ਨੇ ਆਪਾਂ ਨੂੰ ਸ਼ਰਨ ਵਿੱਚ ਆਏ ਹਾਂ। ਗੁਰੂ ਨੇ ਸ਼ਬਦ ਦਿੱਤਾ ਹੈ, ਸ਼ਬਦ ਵਿਧੀ ਦੱਸ ਦੀ ਵੀ ਕਿਸ ਤਰ੍ਹਾਂ ਤੁਸੀਂ ਸਿਮਰਨ ਕਰੋਗੇ, ਇਹ ਪ੍ਰਾਣਾ ਨਾਲੋਂ ਮਨ ਵੱਖ ਹੋ ਜਾਏਗਾ ਤੇ ਡਰ ਖੁੱਲ ਜਾਏਗਾ। ਤੇ ਆਪਾਂ ਹੁਣ ਬੇਨਤੀ ਕਰਦੇ ਹਾਂ, ਜਦੋਂ ਆਪਾਂ ਨੂੰ ਪਤਾ ਲੱਗ ਗਿਆ ਵੀ ਪਾਉਣ ਤਾਂ ਇਹ ਸਾਡੇ ਮਸਤਕ ਦੇ ਅੱਗੋਂ ਜਿਹੜਾ ਚੱਲ ਰਹੀ ਦੋ ਪਾਸਿਆਂ ਨੂੰ, ਇਹ ਦੋ ਨੇਤਰਾਂ ਦਰਮਿਆਨ ਹੈ ਦਸਵੇਂ ਦੁਆਰ ਦਾ ਡਰ, ਇਸ ਗੁਰਦੁਆਰੇ ਦਾ ਡਰ ਜਿੱਥੇ ਅਸੀਂ ਸ਼ਰਧਾ ਦੇ ਭਾਵ ਨਾਲ ਬੈਠਣਾ। ਤੇ ਫਿਰ ਗੁਰੂ ਤੋਂ ਪੁੱਛਦੇ ਹਾਂ, ਮਹਾਰਾਜ ਐਸਾ ਕੋਈ ਗੁਰਮੁਖ ਦੱਸੋ ਜਿਹਨੇ ਇਹ ਡਰ ਦਾ ਦੇਖਿਆ ਹੋਵੇ, ਇਹ ਪਾਉਣ ਤੋਂ ਵੱਖ ਮਨ ਨੂੰ ਕਰਕੇ ਉੱਥੇ ਬੈਠਾ ਹੋਵੇ ਤੇ ਇਹ ਡਰ ਕਿਸ ਤਰ੍ਹਾਂ ਦਾ ਹੈ। ਤੇ ਫਿਰ ਜਿਹਨਾਂ ਨੇ ਇਹ ਪਾਉਣ ਤੋਂ ਮਨ ਨੂੰ ਵੱਖ ਕੀਤਾ, ਪਾਉਣ ਤੋਂ ਉੱਪਰ ਉੱਠ ਕੇ ਉਸ ਡਰ ਦੇ ਵਿੱਚ ਬੈਠੇ ਨੇ ਜਾ ਕੇ, ਉਹ ਦੱਸਦੇ ਨੇ ਵੀ ਇਸ ਦਰਸ਼ਨ ਦੁਆਰ ਦਾ ਡਰ ਕਿਹੋ ਜਿਹਾ ਤੇ ਕਿਸ ਤਰ੍ਹਾਂ ਉਹਨਾਂ ਨੇ ਪਾਉਣ ਤੋਂ ਮਨ ਨੂੰ ਵੱਖ ਕੀਤਾ ਤੇ ਡਰ ਤੇ ਗਏ ਨੇ। ਇਹ ਹੁਣ ਗੁਰਬਾਣੀ ਵਿੱਚ ਦੱਸ ਰਹੇ ਨੇ ਆਪਾਂ ਨੂੰ ਗੁਰੂ ਅਮਰਦਾਸ ਜੀ ਭਗਤਾਂ ਦੇ ਸੰਬੰਧ ਵਿੱਚ। ਉਹਨੇ ਭਗਤਾਂ ਕੇ ਚਾਲ ਨਿਰਾਲੇ,
चाला नाले भगतां कहरे बिख मार्ग चलना, लव लोभ हंकार तज तृष्णा बहुता नहीं बोलना। उन्होंने इन्हां चीजां नूं रोक दिता पासे, शब्द द्वारा पौं तो वक्त कर लिया मन नूं। ते उन्होंने फिर की देखिया है, जिहड़ा डर दा गेट है किसां दस्सदे ने, उन्हें लाभ लोभ हंकार ता तृष्णा बहुता नहीं बोलना, खन्यो तिखी वालों निकी इत मार्ग जाना। दसवें द्वार का दरवाजा जेड़ा है दसवें में किन्ना बरीक है, जिथों दे आपा पार होना है। जो बाबा कबीर जी भी अगे इस दादी पर दसवें ने मुख द्वारा सुंकड़ा राई दसे पाए, सरों के दस हिस्से कर लिए दाने दे, दसवें हिस्से बरीक के सुंगड़े है, जिन्हें भगतान देखिया वह भी दस रहे ने इतने। अपन फिर आप बेनती करने की यह जो दर्श है, जिन्होंने भगतान ने खोल के अंदर गए ने, उन्होंने की अंदर देखा है कि उन्होंने दर्शन होए, उतों का सानू उन्होंने भगतान ना मिलाओ जिन्होंने दर खोल के प्रवेश होकर अंदर देखा कोई तो। ते गुरु अमरदास जी दस रहे ने जेरे गुरमुखा ने खोलिया तो खुशी समाते ही नहीं, उन्होंने मन के विचार ही इतना आ जाता है कि वह चुप ही नहीं रह सकते दसन। इतों दस रहे ने अपन उन्हें मन चाओ पाया, प्रभ अगम सुनिया, हर मंगल गाओ सखी ग्रह मंदिर बनया, नित गाओ मंगल सखी सोग दुख न व्यापे, गुरचरण लागे दंश भागे अपना पिर जापे, अनहद बाणी गुर शब्द जानी हर नाम हरस भोगो, कहे नानक प्रभ आप मिलिया करन कारण जोगो। उन्होंने जेड़े गुरमुखा ने इस दर नूं खोल लिया, प्यो दादे का खजाना उन्होंने पा लिया है, वह आनंद अवस्था ने उन्होंने आन का मनोरथ पूरा हो गया है, वह खुशी में नहीं समाते इतने। तो जदों ये आपां नूं सारा रस्ता दस दिता तो उस वक्त अपने मन में चाव उत्पन्न होता है, तो ये जो वो भगतां ने उत्थे जाके अवस्था देखी है तो आप भी ये कर गए। तो जदों उन्होंने आप भगतों की बाणी सुन के उन्होंने गुरमुखा ने प्राप्त किया देख के, फिर आपके शरीर को पूछने उन्होंने गुरमुखा ने फिर जिन्होंने देखा जिनाया जिन्होंने मारा ने आप, तो जब उन्होंने देख के मिल के उन्होंने वचन सुने ने तो आप दस्या है, फिर आपने सारे गुरमुख इस शरीर को पूछते हैं, ये शरीर आ मेरा जग में आए के क्या तुद तो कर्म कमाया, के कर्म कमाया शरीर आया जा तू जग में आया, जिन हर तेरा रचा रचा सो हर मन ना वसाया। कि उन्होंने गुरमुखों का आना सफल है जिन्होंने संसार आपके कर्म भी किए, मालक ने मिल लिया खजाना भी जमा कर लिया है, उन्होंने वड्याई दे के संत कहता तो व्डे भागों वाले कहता बन गए ने फरमा रहे ने उन्हें संबंध च, भाग ठड़े हर संत तुम्हारे जिन कर धन हरनामा, परवान गाने से आए सफल तना के काम। तो जिन्हें गुरमुखों ने इत आ के निज घर चले गए ने, जिस घर के अपन वार वार गुरबाणी अवदेश गुरु कह रहे कर रहा है, ठिर कर बैसो हर दिन प्यारे, सतगुर तुमरे काज सवारे, दोष दूत परमेश्वर मारे, जन की पैज अराखी करता रहे। सो जदों अपने भी मन में चाह उत्पन्न होता है, फिर आप गुरु की शरण में जाके पूछने कि दसो जी इतों तक पहुंचने का रस्ता की है, फिर वो सानू दस रहे हैं कि जिस तरह आप दुनियावी तौर पर देख लीए, एक माँ प्यो ने बच्चा वड्डा हो गया है काबुल हो गया आपका परिवार पालन दे, ते माँ प्यो नूं वक्त कर देंदा है, मकान बनाता है समान रखता है जंदरा चाबी रख के आंदा है, धीए तेरे लिए समान वध हुए आपका वरत ला। तो जे वो बच्चा वो दर खोलन दी बचाए घर भी छड के पिंड भी छड के बाहर चला जाए तो मां का प्यो का उन कोई कसूर नहीं होंगे। इतने कई गुरमुख उस सवाल में अगे लै आते हैं जिन्होंने ज्ञान नहीं, करे करावे आपे आप, मानस के किश नहीं हथ, मानस के कुछ नहीं हथ। लेकिन जब बच्चा आकी हो जाता है ना, प्यो समझा है
मन आके हो गया प्यो तो समझा रहा घर आ गया तो घर नहीं आता तो उसे प्यो का तो नहीं ना कसूर गिना जाएगा। ये थी उन्होंने वो बाहर चला गया हुक्म तो उन्हें घर नहीं खोलिया। जिन्होंने दर खोल लिया उन्हें प्यो दादे का खोल डेठा खजाना तो मेरा मन पैर निदाना प्यो दादे ज्यादा वरतदा है अखुट भंडारा आते हैं सब का अखुट बाबा नानका खाए खरतन वाल वो तो मुकदा ही नहीं जिन्हें गुरमुख ने खोल लिया दर फिर घर बह गए तो जेडे घरों बहर चले गए ने दर नहीं खोलिया पिंडों भी बहर चले गए ने उन्होंने वस्ता दस रहे ने गुरबाणी उन्होंने मनमुख कह रहे हैं उन्हें मनमुख उभे सुक गए ना फलते ना छाओ तिना पास ना बैसी ना घर ना कराओ उन्होंने उन्होंने वस्ता वो है जिस तरह धरती से दरख्त उग गया है व्डा उगे सुक गया है ना उनका कोई फल मान सके ना उनका कोई छां मान सके और वो आंदे ने कंगले बन गए ने जिस तरह अद्या आप देखने मंग के